ਸਾਹਿਬ ਜੀ ਟੱਡਾ ਢਿੱਗ ਢੂੰਡ ਹੈ ਕਾਤਿਆਨਾ ਢੂੰਡਤ ਹੀ ਟਹਿ ਗਏ ਪਰਾਨਾ ਚੜ ਸੁਮੇਰ ਢੂੰਡ ਜਬਿਆਵਾ ਜਿਹੇ ਗੜ ਗੜਿਓ ਸੋ ਗੜ ਮਹਿ ਪਾਵਾ ਨਾਣਾ ਰਣ ਰੂਤੋ ਨਰ ਨੇ ਹੀ ਕਰੈ ਨਾ ਨਿਵੈ ਨਾ ਫੁਨ ਸੰਚਰੈ ਧਨ ਜਨਮ ਤਾਹੀ ਕੋ ਗਣੈ ਮਾਰੈ ਇਕਹਿ ਤਜ ਜਾਏ ਕਣੈ ਤਤਾ ਅਤਾਰ ਤਰਿਓ ਨਹ ਜਾਈ ਤਨ ਤ੍ਰਿਭਵਨ ਮਹਿ ਰਹਿਓ ਸਮਾਈ ਜੋ ਤ੍ਰਿਭਵਨ ਤਨ ਮਾਹੇ ਸਮਾਵਾ ਤੋ ਤਤ ਹੈ ਤਤ ਮਿਲਿਆ ਸੱਚ ਪਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਦੀਨ ਦੁਨੀ ਦੇ ਮਾਲਕ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰਾਂ ਦੇ ਸਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਤਿਗੁਰੂ ਜੀ ਦੇ ਪਾਵਨ ਹਜ਼ੂਰ ਸੱਜ ਕੇ ਬੜੇ ਅਦਬ ਪਿਆਰ ਸਹਿਤ ਆਪ ਸਰਬੱਤ ਸੰਗਤ ਗੁਰੂ ਸਵਾਰਿਆਂ ਪਾਸੋਂ ਮਹਾਰਾਜ ਦੀ ਅੰਮ੍ਰਿਤਮਈ ਪਾਵਨ ਬਾਣੀ ਦਾ ਕੀਰਤਨ ਸ਼ਰਵਣ ਕਰ ਰਹੇ ਸੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰਾਗ ਗੌੜੀ ਦੇ ਵਿੱਚ ਸੁਭਾਏਮਾਨ ਭਗਤ ਕਬੀਰ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ 52 ਅੱਖਰੀ ਪਾਵਨ ਬਾਣੀ ਦਾ ਲੜੀਵਾਰ ਵਿਚਾਰ ਆਪਾਂ ਰਲ ਮਿਲ ਕੇ ਸਤਿਗੁਰਾਂ ਦੀ ਬਖਸ਼ਿਸ਼ ਤੇ ਰਹਿਮਤ ਦੁਆਰਾ ਕਰਨ ਦਾ ਯਤਨ ਕਰਦੇ ਹਾਂ। ਇਸ ਪਾਵਨ ਬਾਣੀ ਦੇ ਵਿੱਚੋਂ ਆਪ ਸਰਬੱਤ ਸੰਗਤ ਨੇ 20, 21 ਅਤੇ 22 ਨੰਬਰ ਇਸ ਪਾਵਨ ਬਾਣੀ ਦੇ ਛੰਦ ਸਲੋਕ ਸ਼ਰਵਣ ਕੀਤੇ ਨੇ। ਮਨੁੱਖ ਨੂੰ ਸਦੀਆਂ ਤੋਂ ਹੀ ਇੱਕ ਤਾਂਗ ਹਮੇਸ਼ਾ ਹੀ ਸਤਾਉਂਦੀ ਰਹੀ ਕਿ ਕੋਈ ਐਸਾ ਸੁੱਖ, ਐਸੀ ਸੰਤੁਸ਼ਟੀ, ਕੋਈ ਜੀਵਨ ਦਾ ਐਸਾ ਰੁਤਬਾ ਹੈ ਜਿੱਥੇ ਜਾ ਕੇ ਮਨੁੱਖ ਪੂਰਨ ਆਨੰਦ
ਪੂਰਨ ਸਹਿਤ ਦੀ ਪ੍ਰਾਪਤੀ ਕਰ ਸਕੇ ਔਰ ਧਾਰਮਿਕ ਆਚਾਰੀਆ ਵਿਦਵਾਨਾਂ ਨੇ ਇਸ ਗੱਲ ਨੂੰ ਨਿਯਤ ਕੀਤਾ, ਸਮਝਣ ਦਾ ਯਤਨ ਕੀਤਾ ਕਿ ਹਾਂ ਜੀਵਨ ਦਾ ਐਸਾ ਪੱਧਰ ਬਣ ਸਕਦਾ ਹੈ ਪਰ ਉਸ ਸੱਚੇ ਅਕਾਲ ਪੁਰਖ ਦੇ ਨਾਲ ਇੱਕ ਸੁਰ ਹੋ ਕੇ, ਪਰ ਉਸ ਦੀ ਪ੍ਰਾਪਤੀ ਕਿਵੇਂ ਹੋਵੇ ਇਸ ਬਾਰੇ ਆਪਣੇ ਆਪਣੇ ਵਿਚਾਰ ਜਿਹੜੇ ਸਨ ਉਹ ਧਾਰਮਿਕ ਮੁਖੀਆਂ ਨੇ ਸੰਸਾਰ ਦੇ ਅੰਦਰ ਲੋਕਾਂ ਨੂੰ ਦੱਸੇ ਔਰ ਜਿੱਥੇ ਉਹਨਾਂ ਨੇ ਆਪਣੇ ਵਿਚਾਰ ਦੱਸੇ ਉੱਥੇ ਬੇਸ਼ੁਮਾਰ ਲੋਕਾਂ ਨੇ ਆਪਣੇ ਆਪਣੇ ਢੰਗ ਦੇ ਨਾਲ ਤਰੀਕੇ ਦੇ ਨਾਲ ਵੱਖਰੇ ਵੱਖਰੇ ਰਸਤੇ ਚੁਣਦਿਆਂ ਹੋਇਆਂ ਉਸ ਸੱਚ ਨੂੰ ਪਾਉਣ ਦੀ ਕੋਸ਼ਿਸ਼ ਕੀਤੀ। ਕੌਣ ਕਿੰਨਾ ਕਿਸ ਖੋਜ ਵਿੱਚ ਸਫਲ ਹੋਇਆ ਹੈ, ਕਿਸ ਨੇ ਕਿੰਨੀ ਕੁ ਪ੍ਰਾਪਤੀ ਕੀਤੀ ਹੈ, ਕਿਸ ਨੇ ਕਿੰਨਾ ਕੁ ਜਾਣਿਆ ਹੈ, ਅਸੀਂ ਇਸ ਸਾਰੇ ਖਿਆਲ ਨੂੰ ਇੱਕ ਪਾਸੇ ਰੱਖ ਦੇਈਏ ਤਾਂ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਬਈ ਬੇਸ਼ੁਮਾਰ ਲੋਕ ਇਸ ਸੰਸਾਰ ਦੇ ਅੰਦਰ ਜੋ ਪਹਿਲਾਂ ਵੀ ਹੋ ਗੁਜ਼ਰੇ ਨੇ ਹੁਣ ਵੀ ਹਨ, ਆਖਰ ਉਸ ਸੱਚ ਦੀ ਭਾਲ ਦੇ ਅੰਦਰ ਉਸ ਪਰਮ ਸੱਚ ਦੀ ਪ੍ਰਾਪਤੀ ਵਾਸਤੇ ਨਿਰੰਤਰ ਸਫ਼ਰ ਦੇ ਵਿੱਚ ਨੇ, ਯਤਨ ਕਰ ਰਹੇ ਨੇ, ਕੋਸ਼ਿਸ਼ ਵਿੱਚ ਨੇ। ਉਹਨਾਂ ਦੇ ਤਰੀਕੇ ਵੱਖਰੇ ਵੱਖਰੇ ਭਿੰਨ ਭਿੰਨ ਹੋ ਸਕਦੇ ਨੇ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਇੱਕ ਬਚਨ ਸਾਡੇ ਨਾਲ ਸਾਂਝਾ ਕਰਦਿਆਂ ਹੋਇਆਂ ਫਰਮਾਇਆ ਹੈ ਕਿ ਮਨੁੱਖ ਤੁਸੀਂ ਵੇਖੋ ਉਸ ਨੂੰ ਢੂੰਡਣ ਲਈ, ਉਸ ਨੂੰ ਲੱਭਣ ਲਈ, ਉਸ ਨੂੰ ਜਾਣਨ ਲਈ ਕਿੰਨਾ ਉਤਸੁਕ ਵੀ ਹੈ ਤੇ ਚਾਰ ਚੁਫੇਰੇ ਭਟਕ ਵੀ ਰਿਹਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੁਝ ਐਸੇ ਲੋਕਾਂ ਦਾ, ਕੁਝ ਐਸੀਆਂ ਵਿਚਾਰਾਂ ਵਾਲੇ, ਕੁਝ ਐਸੀਆਂ ਭਾਵਨਾਵਾਂ ਵਾਲੇ ਲੋਕਾਂ ਦਾ ਜ਼ਿਕਰ ਕਰਦੇ ਨੇ ਜਿਨ੍ਹਾਂ ਨੇ ਉਸ ਨੂੰ ਪਰਬਤਾਂ ਵਿੱਚੋਂ, ਪਹਾੜਾਂ ਤੇ ਜੰਗਲਾਂ ਵਿੱਚੋਂ, ਮਾਰੂ ਥਲਾਂ ਵਿੱਚੋਂ, ਗੁਫਾਵਾਂ ਵਿੱਚੋਂ, ਤੀਰਥਾਂ ਦੇ ਰਟਨ ਵਿੱਚੋਂ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਬਾਹਰ ਦੀ ਖੋਜ ਮਨੁੱਖ ਨਿਰੰਤਰ ਕਰਦਾ ਰਿਹਾ, ਕਰ ਵੀ ਰਿਹਾ ਹੈ ਔਰ ਬਾਹਰ ਦੀ ਖੋਜ ਦੇ ਆਪਣੇ ਆਪਣੇ ਮਕਸਦ ਵੀ ਨੇ। ਕਿਸੇ ਨੇ ਸੋਚਿਆ ਉਸ ਨੂੰ ਜੰਗਲਾਂ ਵਿੱਚ ਜਾ ਕੇ ਤਪ ਤਪੱਸਿਆ ਦੇ ਰਾਹੀਂ ਮੈਂ ਹਾਸਲ ਕਰਾਂ, ਕਿਸੇ ਨੇ ਸੋਚਿਆ ਪਰਬਤਾਂ ਦੀਆਂ ਕੰਦਰਾਂ ਵਿੱਚ, ਪਹਾੜਾਂ ਦੀਆਂ ਗੁਫਾਵਾਂ ਵਿੱਚ, ਜ਼ਮੀਨ ਦੋਜ਼ ਜਗ੍ਹਾ ਦੇ ਵਿੱਚ ਮੈਂ ਆਸਣ ਲਾ ਕੇ ਲੰਬੀਆਂ ਸਮਾਧੀਆਂ ਦੇ ਨਾਲ ਲੰਮੇ ਧਿਆਨ ਟਿਕਾ ਕੇ ਇਸ ਢੰਗ ਦੇ ਨਾਲ ਸ਼ਾਇਦ ਮੈਂ ਉਸ ਨੂੰ ਜਾਣ ਲਵਾਂ। ਕਿਧਰੇ ਤਪਾਂ ਦੀ ਗੱਲ ਹੈ, ਜਪ ਦੀ ਗੱਲ ਹੈ, ਧਾਰਮਿਕ ਗ੍ਰੰਥਾਂ ਦੇ ਮੰਤਰਾਂ ਨੂੰ ਰਟਣ ਦੀ ਗੱਲ ਹੈ, ਕਿਧਰੇ ਤੀਰਥ ਇਸ਼ਨਾਨ ਦੀ ਬਾਤ ਹੈ। ਬਹੁਤ ਸਾਰੇ ਢੰਗ ਤੇ ਤਰੀਕੇ ਹਨ ਜਿਨ੍ਹਾਂ ਦਾ ਜ਼ਿਕਰ ਮਹਾਰਾਜ ਨੇ ਵੀ ਬਾਣੀ ਵਿੱਚ ਕੀਤਾ। ਸੰਖੇਪ ਮਾਤਰ ਕਵਾਂ, ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮੱਧੇ ਫਿਰਿਆ, ਅਨੇਕ ਪ੍ਰਕਾਰ ਕੀਏ ਬਹੁ ਯਤਨ। ਇੱਕ ਨਹੀਂ, ਦੋ ਨਹੀਂ, ਗੁਰੂ ਮਹਾਰਾਜ ਨੇ ਕੁਝ ਕੁ ਦੀ ਗਿਣਤੀ ਕਰਦਿਆਂ ਕਿਹਾ ਅਨੇਕ ਪ੍ਰਕਾਰ ਅਨੰਤ ਹਨ। ਪਤਾ ਨਹੀਂ ਕਿੰਨੇ ਕੀ ਢੰਗ ਹਨ ਸੰਸਾਰ ਦੇ ਅੰਦਰ ਜੋ ਮਨੁੱਖ ਜਿਨ੍ਹਾਂ ਨੂੰ ਵਰਤ ਰਿਹਾ। ਪਰ ਇਹ ਜਿਤਨੀ ਵੀ ਖੋਜ ਹੈ, ਮਨੁੱਖ ਨੇ ਬਾਹਰ ਮੁਖੀ ਹੋ ਕੇ ਬਾਹਰ ਦੀਆਂ ਚੀਜ਼ਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਦੇ ਵਿੱਚੋਂ ਉਸਨੇ ਸੱਚ ਪਾਉਣ ਦਾ ਰਾਹ ਚੁਣਨ ਦਾ ਯਤਨ ਕੀਤਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਖਦੇ ਨੇ ਚੰਗਾ ਹੁੰਦਾ ਜੇ ਮਨੁੱਖ ਥੋੜਾ ਜਿਹਾ ਅੰਤਰਮੁਖੀ ਹੋ ਕੇ ਭਾਵ ਆਪਣੇ ਹਿਰਦੇ ਨੂੰ ਵੀ ਖੋਜਣ ਦੀ ਕੋਸ਼ਿਸ਼ ਕਰਦਾ।
ਮੈਂ ਇੱਕ ਦਿਨ ਪਹਿਲਾਂ ਵੀ ਇੱਕ ਕਹਾਣੀ ਰੂਪ ਵਿੱਚ ਇੱਕ ਗਾਥਾ ਆਪ ਜੀ ਦੇ ਨਾਲ ਸਾਂਝੀ ਕੀਤੀ ਸੀ ਕਿ ਇੱਕ ਸੰਨਿਆਸੀ ਨੌਜਵਾਨ ਜਦੋਂ ਮੰਗਣ ਵਾਸਤੇ ਆਉਂਦਾ ਤਾਂ ਮਾਤਾ ਉਸਨੂੰ ਕਿਸ ਢੰਗ ਨਾਲ ਸਮਝਾਉਂਦੀ ਹੈ ਬਜ਼ੁਰਗ, ਕਿਉਂਕਿ ਉਹਦੇ ਚਿੰਤਨ ਦੇ ਵਿੱਚ ਇੱਕ ਗੱਲ ਹੈ ਵੀ ਮੈਂ ਸੰਨਿਆਸ ਲੈ ਕੇ ਤੀਰਥਾਂ ਦੇ ਰਟਨ ਕਰਕੇ ਜੰਗਲਾਂ ਦੇ ਵਿੱਚ ਜਾ ਕੇ ਪਹਾੜਾਂ ਦੀਆਂ ਗੁਫਾਵਾਂ ਵਿੱਚ ਬੈਠ ਕੇ ਇਸ ਤਰ੍ਹਾਂ ਪਿੰਡੋ ਪਿੰਡ ਵਿਚਰਦਾ ਮੈਂ ਉਸਨੂੰ ਸੌਖਿਆਂ ਪਾ ਸਕਦਾ ਕਿਉਂਕਿ ਇਹਦੇ ਨਾਲ ਮੇਰਾ ਮਾਇਆ ਦਾ ਮੋਹ ਛੁੱਟ ਜਾਏਗਾ। ਬਜ਼ੁਰਗ ਮਾਤਾ ਨੇ ਉਸਨੂੰ ਸਮਝਾਉਣ ਦਾ ਢੰਗ ਇਹ ਲੱਭਿਆ ਕਿ ਪੁੱਤਰ ਜੇ ਮੇਰੀ ਡਿੱਗੀ ਹੋਈ ਚੀਜ਼ ਗਲੀ ਵਿੱਚ ਵੀਹ ਵਿੱਚ ਸੜਕ ਉੱਤੇ ਉਹ ਘਰੋਂ ਨਹੀਂ ਲੱਭ ਸਕਦੀ, ਘਰ ਗਵਾਚੀ ਹੋਈ ਚੀਜ਼ ਨੂੰ ਜੇ ਮੈਂ ਬਾਹਰ ਜਾ ਕੇ ਲੱਭਾਂ ਤੇ ਉਹ ਨਹੀਂ ਲੱਭ ਸਕੇਗੀ, ਕੋਈ ਮੈਨੂੰ ਸਿਆਣਾ ਨਹੀਂ ਆਖੇਗਾ, ਜੋ ਕਰਤਾ ਤੇਰੇ ਅੰਦਰ ਬੈਠਾ ਹੋਇਆ ਤੂੰ ਉਸਨੂੰ ਬਾਹਰ ਲੱਭਣ ਦੀ ਕੋਸ਼ਿਸ਼ ਕਰ ਰਿਹਾ। ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਕਿ ਹੇ ਫਰੀਦ, ਜੰਗਲ ਜੰਗਲ ਕਿਆ ਭਵੈ ਵਣ ਕੰਡਾ ਮੋੜੈ ਵੱਸੀ ਰੱਬ ਹਿਆਲੀ ਹੈ। ਹਿਆਲੀਆ ਦਾ ਅਰਥ ਹੁੰਦਾ ਹਿਰਦੇ ਵਿੱਚ, ਉਹ ਜੋ ਹਿਰਦੇ ਦੇ ਵਿੱਚ ਬੈਠਾ ਹੋਇਆ ਤੂੰ ਉਹਨੂੰ ਕਿੱਥੇ ਲੱਭਦਾ? ਜੰਗਲ ਦੇ ਵਿੱਚ ਤੂੰ ਉਹਨੂੰ ਲੱਭਦਾ, ਤੀਰਥ ਉੱਤੇ ਤੂੰ ਉਹਨੂੰ ਲੱਭਦਾ ਹੈ, ਦੂਰ ਦਰਾਜ ਦੀਆਂ ਥਾਵਾਂ ਦੇ ਵਿੱਚ। ਬਸ ਇਹੀ ਫਰਕ ਹੈ। ਕਬੀਰ ਸਾਹਿਬ ਜੀ ਬਚਨ ਕਰ ਰਹੇ ਨੇ ਸਲੋਕ ਦੇ ਅੰਦਰ, ਕਹਿੰਦੇ ਨੇ ਢੱਡਾ ਢਿੱਗ ਢੂੰਡੈ ਕਤ ਆਨਾ, ਬੰਦੇ ਆਪਣੇ ਨੇੜੇ ਢੂੰਡ, ਨੇੜੇ ਲੱਭ, ਅੰਦਰ ਲੱਭ, ਕਤ ਆਨਾ ਕਿੱਥੇ ਜਾ ਰਹੇ ਨੇ, ਕਿੱਥੇ ਕਿੱਥੇ ਭਟਕ ਰਿਹਾ ਹੈ। ਕਹਿੰਦੇ ਢੂੰਡਤ ਹੀ ਢਹਿ ਗਏ ਪ੍ਰਾਣਾ, ਬਾਹਰ ਲੱਭਦਿਆਂ ਲੱਭਦਿਆਂ ਹੀ ਤੇਰਾ ਜੀਵਨ ਗੁਜ਼ਰ ਜਾਏਗਾ, ਪ੍ਰਾਣ ਢਹਿ ਜਾਣਗੇ, ਜੀਵਨ ਦਾ ਜਿੰਨਾ ਕੁ ਸਮਾਂ ਹੈ ਇਸੇ ਤਰ੍ਹਾਂ ਹੀ ਲੰਘ ਜਾਣਾ ਹੈ। ਔਰ ਲੱਭਦਿਆਂ ਲੱਭਦਿਆਂ ਬਾਹਰ ਧਰਤੀ ਦਾ ਭ੍ਰਮਣ ਕਰਦਿਆਂ, ਵੈਸੇ ਮਹਾਰਾਜ ਨੇ ਬਾਣੀ 'ਚ ਜ਼ਿਕਰ ਕੀਤਾ ਜਾਪ ਤਾਪ ਭ੍ਰਮਣ ਵਸੁਧਾ ਕਰ ਉਰਧ ਤਾਪ ਲੈ ਗਏ ਇਹ ਵਿਦਨੇ ਪਤੀਆਂ ਨੂੰ ਠਾਕੁਰ ਜੋਗ ਜੁਗਤ ਕਰ ਜਾਣ। ਮਹਾਰਾਜ ਕਹਿੰਦੇ ਜਾਪ ਕਰਦਾ ਹੈ ਮਨੁੱਖ, ਤਪ ਕਰਦਾ ਹੈ, ਜਾਪ ਤਾਪ ਅੱਗੇ ਸ਼ਬਦ ਵਰਤਿਆ ਭ੍ਰਮਣ ਵਸੁਧਾ ਕਰ, ਵਸੁਧਾ ਧਰਤੀ ਨੂੰ ਕਹਿੰਦੇ ਨੇ। ਭ੍ਰਮਣ ਦਾ ਮਤਲਬ ਹੁੰਦਾ ਧਰਤੀ ਤੇ ਤੁਰੇ ਫਿਰਨਾ, ਇੱਕ ਜਗ੍ਹਾ ਤੋਂ ਦੂਜੀ, ਦੂਜੀ ਤੋਂ ਤੀਜੀ, ਤੀਜੀ ਤੋਂ ਚੌਥੀ। ਜਾਪ ਤਾਪ ਭ੍ਰਮਣ ਵਸੁਧਾ ਕਰ ਉਰਧ ਤਾਪ ਲੈ ਗਏ ਇਹ ਵਿਦਨੇ ਪਤੀਆਂ ਨੂੰ ਠਾਕੁਰ, ਇਹ ਵਿਧੀ ਅਪਣਾ ਕੇ ਵੀ, ਜੋਗ ਦੀਆਂ ਜੁਗਤਾਂ ਸਾਧ ਕੇ ਵੀ, ਜੈਨੀਆਂ ਵਾਲੇ ਕਰਮ ਕਰਕੇ ਵੀ, ਜੋ ਉਹਨਾਂ ਨੇ ਜੁਗਤ ਅਪਣਾਈ ਹੈ, ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਵਿਦਨੇ ਪਤੀਆਂ ਨੂੰ, ਇਹ ਸਾਰੀਆਂ ਵਿਧੀਆਂ ਨਾਲ ਵੀ ਉਸ ਦੀ ਖੁਸ਼ੀ ਤੂੰ ਹਾਸਲ ਨਹੀਂ ਕਰ ਸਕੇਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਢੂੰਡਤ ਹੀ ਲੱਭਦਿਆਂ ਹੋਇਆਂ, ਬਾਹਰ ਵੱਲ ਧਿਆਨ ਕਰਦਿਆਂ, ਬਾਹਰ ਮੁਖੀ ਹੁੰਦਿਆਂ ਹੋਇਆਂ ਢਹਿ ਗਏ ਪ੍ਰਾਣਾ, ਕਹਿੰਦੇ ਨੇ ਆਖਰ ਪ੍ਰਾਣ ਢਹਿ ਗਏ, ਸਮਾਂ ਮੁੱਕ ਗਿਆ, ਜ਼ਿੰਦਗੀ ਦਾ ਜਿੰਨਾ ਕੁ ਸਮਾਂ ਸਾਡੇ ਕੋਲ ਕੁਦਰਤ ਨੇ ਨੀਯਤ ਕੀਤਾ ਸੀ ਆਖਰ ਉਹ ਸਮਾਂ ਬਤੀਤ ਹੋ ਹੀ ਜਾਣਾ ਸੀ, ਲੰਘ ਹੀ ਜਾਣਾ ਸੀ। ਕਹਿੰਦੇ ਨੇ ਚੜ ਸੁਮੇਰ ਢੂੰਡ ਜਾ ਬਿਆਵਾ, ਕਿੱਥੇ ਪਰਬਤਾਂ 'ਚ, ਸੁਮੇਰ ਦਾ ਮਤਲਬ ਕਿੱਥੇ ਪਰਬਤਾਂ ਦੇ ਉੱਤੇ ਚੜ ਕੇ ਤੂੰ ਲੱਭਦਾ ਫਿਰਦਾ ਹੈ, ਢੂੰਡ ਕੇ ਭਾਲ ਕੇ ਥੱਕ ਗਿਆ ਹੈ। ਜਦੋਂ ਸਿੱਧਾਂ ਦੇ ਨਾਲ ਗੁਰੂ ਨਾਨਕ ਮਹਾਰਾਜ ਜੀ ਦੀ ਵਾਰਤਾਲਾਪ ਵਿਚਾਰ ਹੁੰਦਾ ਹੈ, ਇਸ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਬੜਾ ਵਿਆਖਿਆ ਸਹਿਤ, ਸਿੱਧ ਗੋਸ਼ਟ ਨਾਮ ਦੀ ਮੁਬਾਰਕ ਬਾਣੀ ਰਾਗ ਰਾਮ ਕਲੀ ਦੇ ਵਿੱਚ, ਉਸ ਵਿੱਚ ਉਹਨਾਂ ਨੇ ਆਪਣੇ ਮਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਾਟੀ ਬਾਟੀ ਰਹਿਣ ਨਿਰਾਲੇ। ਹਾਟੀ ਕਹਿੰਦੇ ਨੇ ਦੁਕਾਨਦਾਰੀ ਨੂੰ, ਕਿਰਤਕਾਰ ਨੂੰ। ਬਾਟੀ ਦਾ ਮਤਲਬ ਹੈ ਜਿਹੜਾ ਗ੍ਰਿਸਤੀਆਂ ਦਾ ਰਾਹ ਹੈ, ਬਾਟ ਰਸਤਾ।
ਅਸੀਂ ਦੁਨੀਆਂ ਦੀ ਕਿਰਤਕਾਰ ਤੋਂ ਤੇ ਗ੍ਰਸਤੀਆਂ ਵਾਲੇ ਸਾਰੇ ਕੰਮਾਂ ਤੋਂ ਘਰ ਪਰਿਵਾਰ ਤੋਂ ਬਿਲਕੁਲ ਨਿਰਾਲੇ ਭਾਵ ਵੱਖਰੇ ਰਹਿੰਦੇ ਹਾਂ। ਇਹ ਸਾਰਾ ਕੁਝ ਅਸੀਂ ਛੱਡਿਆ ਹੋਇਆ। ਰੂਖ ਬਿਰਖ ਉਦਿਆਨੇ ਤੇ ਆਪਣਾ ਵਸੀਬਾ ਅਸੀਂ ਕਿੱਥੇ ਕਰ ਲਿਆ? ਜਿੱਥੇ ਰੁੱਖ ਬਿਰਖ ਨੇ ਉਦਿਆਨ ਜੰਗਲ ਬੀਆਬਾਨ ਹੈ ਉਸ ਉਜਾੜ ਵਿੱਚ ਰਹਿ ਕੇ ਅਸੀਂ ਆਪਣੀ ਜ਼ਿੰਦਗੀ ਦਾ ਸਮਾਂ ਕੱਟਦੇ ਹਾਂ, ਬਤੀਤ ਕਰਦੇ ਹਾਂ। ਕੰਦ ਮੂਲ ਆਹਾਰੋ ਖਾਈਏ, ਅਸੀਂ ਕੰਦ ਮੂਲ ਜੜ੍ਹਾਂ ਖਾ ਕੇ, ਜੜੀਆਂ ਬੂਟੀਆਂ ਖਾ ਕੇ, ਦਰਖਤਾਂ ਦੇ ਪੱਤੇ ਭਰੂ ਕੇ ਖਾ ਕੇ, ਜਾਂ ਦਰਖਤਾਂ ਦੀਆਂ ਹੋਰ ਜੋ ਚੀਜ਼ਾਂ ਹਨ ਜੰਗਲ ਦੇ ਵਿੱਚ, ਕੰਦ ਮੂਲ ਖਾ ਕੇ ਅਸੀਂ ਗੁਜ਼ਾਰਾ ਕਰਦੇ। ਕੰਦ ਮੂਲ ਆਹਾਰੋ ਖਾਈਏ, ਔਧੂ ਬੋਲਿਆ ਗਿਆ। ਔਧੂ ਦਾ ਭਾਵ ਹੈ ਵਿਰਕਤ ਸਾਧੂ। ਅਸੀਂ ਵਿਰਕਤ ਤਿਆਗੀ ਲੋਕ ਤੁਹਾਨੂੰ ਆਪਣੇ ਗਿਆਨ ਦੀ ਗੱਲ, ਸਮਝ ਦੀ ਗੱਲ ਦੱਸ ਰਹੇ ਹਾਂ ਵੀ ਅਸੀਂ ਕਿਹੜਾ ਜੁਗਤ, ਕਿਹੜਾ ਰਾਹ ਚੁਣਿਆ ਹੋਇਆ। ਔਰ ਸਾਡੀ ਇੱਕ ਜੁਗਤ ਹੋਰ ਵੀ ਹੈ। ਕਹਿੰਦੇ ਨੇ ਤੀਰਥ ਨਹਾਈਐ ਸੁਖ ਫਲ ਪਾਈਐ। ਇਹ ਸਾਡੀ ਯੋਗ ਦੀ ਜੁਗਤ ਹੈ ਵੀ ਤੀਰਥਾਂ ਦੇ ਇਸ਼ਨਾਨ ਕਰੋ, ਇਹਦੇ ਨਾਲ ਤੁਹਾਨੂੰ ਆਤਮਕ ਸੁੱਖ ਦੀ ਪ੍ਰਾਪਤੀ ਹੋਏਗੀ, ਤੁਹਾਡੇ ਅੰਦਰ ਦੀ ਮੈਲ ਲੈ ਜਾਏਗੀ, ਮੈਲ ਨਾ ਲੱਗ ਕੇ ਕਰੇ। ਗੋਰਖ ਪੂਤ ਲੋਹਾਰੀਪਾ ਬੋਲੇ, ਲੋਹਾਰੀਪਾ ਜੋਗੀ ਗੋਰਖ ਦਾ ਚੇਲਾ ਇਹ ਬੋਲਦਾ ਹੈ, ਯੋਗ ਜੁਗਤ ਵਿਦ ਸਾਈ, ਇਹ ਹੈ ਯੋਗ ਦੀ ਜੁਗਤੀ, ਇਹ ਹੈ ਯੋਗ ਦੀ ਵਿਧੀ ਜਿਹੜੀ ਮੈਂ ਤੁਹਾਨੂੰ ਦੱਸੀ ਹੈ। ਇਹ ਆਪਣਾ ਵਿਚਾਰ ਦੱਸ ਰਿਹਾ। ਇਹ ਚਾਰੇ ਪੰਕਤੀਆਂ ਜਿਹੜੀਆਂ ਨੇ ਇਹਦੇ ਵਿੱਚ ਲੋਹਾਰੀਪਾ ਜੋਗੀ ਆਪਣੀ ਯੋਗ ਦੀ ਥਿਊਰੀ, ਯੋਗ ਦਾ ਫਲਸਫਾ, ਯੋਗ ਦਾ ਮਾਰਗ ਦੱਸ ਰਿਹਾ ਹੈ। ਜਦੋਂ ਅਸੀਂ ਬਾਣੀ ਨੂੰ ਧਿਆਨ ਨਾਲ ਵਿਚਾਰਾਂਗੇ ਤਾਂ ਬੜੀ ਸਵਾਦਲੀ ਬਾਣੀ ਹੈ, ਸਵਾਲ ਜਵਾਬ ਹੁੰਦੇ ਨੇ, ਜੋਗੀ ਆਪਣੇ ਬਾਰੇ ਦੱਸਦੇ ਨੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਨੂੰ ਪਰਮ ਸੱਚ ਦਾ ਗਿਆਨ ਬਖਸ਼ਿਸ਼ ਕਰਦੇ ਹਨ, ਜੁਗਤ ਦੱਸਦੇ ਹਨ ਕਿ ਗੁਰਮਤਿ ਦੀ ਜੁਗਤ ਕੀ ਹੈ। ਹੁਣ ਇਹਨਾਂ ਚੌਂ ਪੰਕਤੀਆਂ 'ਚ ਜੋਗੀ ਨੇ ਆਪਣਾ ਰਾਹ ਦੱਸਿਆ ਵੀ ਸਾਡਾ ਰਾਹ ਕੀ ਹੈ, ਸਾਡਾ ਵਿਚਾਰ ਕੀ ਹੈ, ਉਸ ਨੂੰ ਸੱਚ ਪਾਉਣ, ਸੱਚ ਨੂੰ ਪਾਉਣ ਲਈ ਅਸੀਂ ਕਿਹੜਾ ਰਾਹ ਚੁਣਦੇ ਹਾਂ। ਅਸੀਂ ਕਈ ਵਾਰ ਆਪਣੇ ਮਕਸਦ ਦੀ ਅੱਧੀ ਕੋਈ ਪੰਕਤੀ ਵਿੱਚੋਂ ਕੱਢ ਲੈਂਦੇ ਹਾਂ ਵੀ ਤੀਰਥ ਨਹਾਈਐ ਸੁਖ ਫਲ ਪਾਈ ਔਰ ਤੁਰ ਪੈਂਦੇ ਹਾਂ। ਇਹ ਤਾਂ ਵੇਖਦੇ ਹੀ ਨਹੀਂ ਵੀ ਇਹ ਤਾਂ ਜੋਗੀ ਕਹਿ ਰਹੇ ਨੇ, ਗੁਰੂ ਨਾਨਕ ਮਹਾਰਾਜ ਨੂੰ ਜੋਗੀਆਂ ਨੇ ਕਿਹਾ ਇਹ ਗੱਲ ਵੀ ਇਹ ਸਾਡੀ ਯੋਗ ਦੀ ਜੁਗਤ ਹੈ। ਤੀਰਥ ਨਹਾਈਐ ਸੁਖ ਫਲ ਪਾਈਐ, ਮੈਲ ਨਾ ਲੱਗੈ ਕਾਈ, ਗੋਰਖ ਪੂਤ ਲੋਹਾਰੀਪਾ ਬੋਲੈ, ਜੋਗ ਜੁਗਤ ਬਿੰਦ ਸਾਈ। ਹੁਣ ਅੱਗੇ ਗੁਰੂ ਨਾਨਕ ਮਹਾਰਾਜ ਹੁਣ ਆਪਣੀ ਗੁਰਮਤਿ ਦੀ ਜੁਗਤ ਦੱਸਦੇ ਹਨ। ਗੁਰਮਤਿ ਦੀ ਜੁਗਤ ਕੀ ਹੈ? ਪਾਤਸ਼ਾਹ ਨੇ ਆਖਿਆ ਹਾਟੀ ਬਾਟੀ ਨੀਂਦ ਨਾ ਆਵੇ। ਨੀਂਦ ਦਾ ਅਰਥ ਹੁੰਦਾ ਹੈ ਅਗਿਆਨਤਾ ਦੀ ਨੀਂਦ ਵਿੱਚ ਸੌਣਾ। ਮਹਾਰਾਜ ਨੇ ਆਖਿਆ ਕਿਰਤ ਕਰਨਾ ਕੋਈ ਗੁਨਾਹ ਪਾਪ ਨਹੀਂ, ਗ੍ਰਿਸਤੀ ਹੋਣਾ, ਘਰ ਪਰਿਵਾਰ ਦੁਨੀਆਂ ਦੀਆਂ ਜਿੰਨੀਆਂ ਵੀ ਜ਼ਿੰਮੇਵਾਰੀਆਂ ਨੇ ਉਹ ਨਿਭਾਉਣੀਆਂ ਕੋਈ ਗੁਨਾਹ ਨਹੀਂ, ਕੋਈ ਮਾੜੀ ਗੱਲ ਨਹੀਂ। ਪਰ ਹਾਂ, ਇਹ ਸਾਰੀ ਕਿਰਤਕਾਰ ਕਰਦਿਆਂ ਸੰਸਾਰ ਦੀ ਤੇ ਦੁਨੀਆਂ ਦੇ ਰਿਸ਼ਤੇ ਨਾਤੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਫਰਜ਼ ਇਹ ਸਾਰਾ ਕੁਝ ਨਿਭਾਉਂਦਿਆਂ ਹੋਇਆ ਨਾ ਮਨੁੱਖ ਨੂੰ ਅਗਿਆਨਤਾ ਦੀ ਨੀਂਦ ਵਿੱਚ ਨਹੀਂ ਸੌਣਾ ਚਾਹੀਦਾ, ਸੁਚੇਤ ਰਹਿਣਾ ਚਾਹੀਦਾ, ਹਾਟੀ ਬਾਟੀ ਨੀਂਦ ਨਾ ਆਵੇ, ਮਾਨਸਿਕਾਤਮਕ ਤੌਰ ਤੇ ਉਹ ਸੌ ਨਾ ਜਾਵੇ, ਅਗਿਆਨਤਾ ਦੀ ਨੀਂਦ ਵਿੱਚ ਨਾ ਚਲਿਆ ਜਾਵੇ। ਆਖਦੇ ਨੇ ਪਾਰ ਘਰ ਚਿੱਤ ਨਾ ਡੁਲਾਈ, ਦੂਸਰੇ ਘਰ ਵੱਲ ਆਪਣਾ ਮਨ ਡੋਲਣ ਨਾ ਦੇ, ਭਾਵ ਪਰਾਈ ਵਸਤੂ ਵੱਲ ਧਿਆਨ ਨਾ ਕਰੇ, ਨਾ ਪਰਾਏ ਤਨ ਵੱਲ, ਨਾ ਪਰਾਏ ਧਨ ਵੱਲ, ਨਾ ਪਰਾਈ ਅਮਾਨਤ ਵੱਲ, ਭਾਵ ਉਹ ਆਪਣਾ ਕਿਰਤ ਕਰਕੇ ਜੀਵਨ ਦਾ ਨਿਰਵਾਹ ਕਰੇ ਔਰ ਆਪਣੇ ਮਨ ਨੂੰ ਡੋਲਣ ਤੋਂ, ਡਾਵਾਂ ਡੋਲ ਹੋਣ ਤੋਂ ਬਚਾਵੇ। ਇਹ ਗ੍ਰਿਸਤੀ ਦਾ ਜੀਵਨ ਹੈ। ਵੈਸੇ ਮਹਾਰਾਜ ਨੇ ਬਾਣੀ ਦੇ ਵਿੱਚ ਤਾਂ ਬਹੁਤ ਹੀ ਖੂਬਸੂਰਤ ਗੱਲ ਕਹਿੰਦੇ ਆ, ਇਹ ਬਚਨ ਆਖੇ ਨੇ, ਸਤਿਗੁਰੂ ਕਹਿੰਦੇ ਸੋ ਗ੍ਰਹੀ ਜੋ ਨਿਗ੍ਰਹਿ ਕਰੇ,
ਅਸਲ ਗ੍ਰਿਸ਼ਤੀ ਵੇਖੋ, ਜੇ ਅਸਲ ਤਪਸਵੀ ਦੀ ਗੱਲ ਕਹੀ ਹੈ ਨਾ ਵੀ ਤਪ ਇਸ ਤਰ੍ਹਾਂ ਨਹੀਂ ਹੁੰਦਾ ਇਸ ਤਰ੍ਹਾਂ ਹੁੰਦਾ, ਤੇ ਗ੍ਰਿਸ਼ਤੀ ਨੂੰ ਵੀ ਗੱਲ ਆਖੀ ਹੈ ਮਹਾਰਾਜ। ਇਹ ਨਹੀਂ ਵੀ ਜੇ ਸਾਨੂੰ ਪਾਤਸ਼ਾਹ ਨੇ ਗ੍ਰਿਸ਼ਤੀਆਂ ਨੂੰ ਮਾਣ ਦਿੱਤਾ ਤੇ ਅਸੀਂ ਲੁੱਟ ਸੁੱਟ ਕਰਕੇ ਆਪਣਾ ਗੁਜ਼ਾਰਾ ਕਰੀਏ। ਸਾਡੇ ਉੱਤੇ ਵੀ ਗੁਰੂ ਮਹਾਰਾਜ ਨੇ ਧਰਮ ਦੀ ਗੱਲ ਸਾਨੂੰ ਵੀ ਸਿਖਾਉਂਦਿਆਂ ਕਿਹਾ ਵੀ ਅਸਲ ਸਫਲ ਤੇ ਪਵਿੱਤਰ ਗ੍ਰਿਸ਼ਤੀ ਪਤਾ ਕੌਣ ਹੈ? ਜੋ ਆਪਣੀਆਂ ਜ਼ਿੰਮੇਵਾਰੀਆਂ ਤੇ ਕਿਰਤਕਾਰ ਨਿਭਾਉਂਦਿਆਂ ਹੋਇਆਂ ਸਾਰੇ ਫਰਜ਼ ਪੂਰੇ ਕਰਦਿਆਂ ਹੋਇਆਂ, ਜਿਹਨੂੰ ਨਾਮਦੇਵ ਸਾਹਿਬ ਨੇ ਕਿਹਾ ਨੀਕੀ ਤੇਰੀ ਬਿਗਾਰੀ, ਕਿ ਵਾਹਿਗੁਰੂ ਮੈਨੂੰ ਬੋਝ ਨਹੀਂ ਲੱਗਦਾ, ਇਹ ਕਿਰਤ ਕਰਨੀ ਮੇਰੇ ਲਈ ਕੋਈ ਗੁਨਾਹ ਜਾਂ ਬੋਝ ਨਹੀਂ, ਮੈਂ ਸਮਝਦਾ ਇਹ ਤੇਰੀ ਦਿੱਤੀ ਹੋਈ ਕਾਰ ਹੈ, ਸੇਵਾ ਹੈ ਜਿਹੜੀ ਮੈਂ ਨਿਭਾ ਰਿਹਾ। ਇਹ ਪਰਿਵਾਰ ਪਾਲਣਾ ਮੇਰੇ ਵਾਸਤੇ ਕੋਈ ਗੁਨਾਹ ਜਾਂ ਪਾਪ ਨਹੀਂ ਹੈ, ਮੈਂ ਇਹਨੂੰ ਕੋਈ ਬੋਝ ਨਹੀਂ ਸਮਝਦਾ, ਇਹ ਤਾਂ ਤੇਰੀ ਦਿੱਤੀ ਹੋਈ ਕਿਰਤਕਾਰ ਹੈ ਜਿਹੜੀ ਮੈਂ ਪੂਰੀ ਕਰ ਰਿਹਾ, ਤੇਰਾ ਸਮਝ ਕੇ ਕਰ ਰਿਹਾ ਸਾਰਾ ਕੁਝ। ਨੀਕੀ ਤੇਰੀ ਬੇਗਾਰੀ ਆਲੇ ਤੇਰਾ ਨਾਮ। ਖੈਰ, ਸਤਿਗੁਰੂ ਮਹਾਰਾਜ ਨੇ ਆਖਿਆ ਸੋ ਗ੍ਰਹੀ, ਅਸਲ ਗ੍ਰਿਸ਼ਤੀ ਕੌਣ ਹੈ? ਜੋ ਨਿਗ੍ਰਹਿ ਕਰੇ। ਨਿਗ੍ਰਹਿ ਦਾ ਮਤਲਬ ਹੁੰਦਾ ਹੈ ਘਰ ਵਿੱਚ ਰਹਿੰਦਿਆਂ ਹੋਇਆਂ ਵੀ ਉਹ ਝੂਠ ਪਾਪ ਬੇਈਮਾਨੀ ਤੋਂ ਨਿਰਲੇਪ ਰਹਿਣ ਦੀ ਕੋਸ਼ਿਸ਼ ਤੇ ਯਤਨ ਵਿੱਚ ਲੱਗੇ, ਆਹਰ ਵਿੱਚ ਲੱਗੇ, ਜਾਪ ਤਪ ਸੰਜਮ ਭੀਖਿਆ ਕਰੇ, ਪੁੰਨ ਦਾਨ ਕਾ ਕਰੇ ਸਰੀਰ, ਸੋ ਗ੍ਰਹੀ ਗੰਗਾ ਕਰਨੀ। ਮਹਾਰਾਜ ਨੇ ਆਖਿਆ ਉਹ ਪਵਿੱਤਰ, ਉਹ ਗ੍ਰਿਸ਼ਤੀ ਦਾ ਜੀਵਨ ਬਹੁਤ ਉਜਲਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਹਾਟੀ ਬਾਟੀ ਨੀਂਦ ਨਾ ਆਵੇ, ਪਰ ਘਰ ਚੇਤਨਾ ਡੁਲਾਈ ਬਿਨ ਨਾਮੈ ਮਨ ਟੇਕ ਨਾ ਟਿਕਈ। ਤੇ ਕਿਰਤ ਕਰਦਿਆਂ, ਗ੍ਰਿਸ਼ਤ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ, ਸੰਸਾਰ ਦੇ ਫਰਜ਼ ਪੂਰੇ ਕਰਦਿਆਂ, ਸੰਸਾਰ ਦੀ ਲੋੜਾਂ ਆਪਣੀਆਂ ਜੀਵਨ ਦੀਆਂ ਸਰੀਰ ਦੀਆਂ ਪੂਰੀਆਂ ਕਰਦਿਆਂ ਹੋਇਆਂ ਪਾਤਸ਼ਾਹ ਕਹਿੰਦੇ ਮਨ ਨੂੰ ਅਕਾਲ ਪੁਰਖ ਦੇ ਨਾਮ ਦਾ ਆਸਰਾ ਦੇਈ ਰੱਖ। ਇੱਕੋ ਹੀ ਆਸਰਾ ਹੈ, ਜੇ ਡਾਵਾਂ ਡੋਲ ਹੋਣ ਤੋਂ ਗ੍ਰਿਸ਼ਤੀ ਨੇ ਬਚਣਾ, ਜੇ ਡਾਵਾਂ ਡੋਲ ਹੋਣ ਤੋਂ ਪਰ ਘਰ ਚੇਤ ਡਲਾਉਣ ਤੋਂ ਇਸ ਅਵਸਥਾ ਤੋਂ ਮੁਕਤ ਹੋਣਾ ਤਾਂ ਆਪਣੇ ਮਨ ਨੂੰ ਰੱਬੀ ਨਾਮ ਦਾ ਇਬਾਦਤ ਦਾ ਆਸਰਾ ਦੇਵੇ, ਉਹਦੀ ਯਾਦ ਵਿੱਚ ਜੁੜਨ ਦੀ ਕੋਸ਼ਿਸ਼ ਕਰੇ, ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਦੇ ਅਹਿਸਾਸ ਵਿੱਚ ਆਪਣੇ ਮਨ ਨੂੰ ਭਿੱਜਣ ਦੇਵੇ। ਬਿਨ ਨਾਮੇ ਮਨ ਟੇਕ ਨਾ ਟਿਕਈ, ਨਾਨਕ ਭੂਖ ਨਾ ਜਾਈ। ਇਸ ਉਹ ਨਾਮ ਤੋਂ ਬਿਨਾਂ ਅੰਦਰ ਦੀ ਜਿਹੜੀ ਲੋਭ ਲਾਲਚ ਦੀ ਹਿਰਸ ਦੀ ਭੁੱਖ ਹੈ ਨਾ, ਉਹ ਨਿਕਲਦੀ ਨਹੀਂ, ਉਹ ਤਿਆਗੀ ਦੇ ਅੰਦਰ ਵੀ ਬੈਠੀ ਰਹਿੰਦੀ ਹੈ। ਤਿਆਗੀ ਬਾਹਰ ਦਾ ਵੇਸ ਤੇ ਬਦਲ ਲੈਂਦਾ, ਘਰ ਛੱਡ ਕੇ ਜੰਗਲ 'ਚ ਤੇ ਚਲਿਆ ਜਾਂਦਾ ਹੈ, ਪਰ ਹਿਰਸ ਨਾਲ ਹੀ ਲੈ ਜਾਂਦਾ, ਔਰ ਉੱਥੇ ਵੀ ਉਹ ਹਿਰਸ, ਉਹ ਲੋਭ, ਉਹ ਸਵਾਰਥ ਉਹਨੂੰ ਦੁਖੀ ਕਰਦਾ ਰਹਿੰਦਾ, ਤੰਗ ਕਰਦਾ ਰਹਿੰਦਾ। ਤਾਂ ਹੀ ਤਾਂ ਬਾਣੀ ਨੇ ਕਿਹਾ ਕਬੀਰ ਸਿੱਖ ਸ਼ਾਖਾ ਬਹੁਤੇ ਕੀਏ, ਕੇਸੋ ਕੀ ਉਹ ਨਾ ਮੀਤ, ਚਾਲੇ ਤੇ ਹਰ ਮਿਲਣ ਕੋ ਬੀਚੇ ਅਟਕਿਓ ਚੀਤ। ਜੋ ਬਾਹਰੋਂ ਦਿਖਾਵਾ ਸੀ, ਜੋ ਬਾਹਰੋਂ ਵਿਖਾਉਣ ਦੀ ਗੱਲ ਸੀ, ਜੋ ਬਾਹਰ ਦੇ ਕਰਮ ਸਨ, ਬਾਹਰ ਮੁਖੀ ਉਹ ਤੇ ਯਤਨ ਕਰ ਲੈ, ਪਰ ਜੋ ਅੰਦਰੋਂ ਛੱਡਣ ਵਾਲੀਆਂ ਗੱਲਾਂ ਸਨ ਉਹ ਨਾ ਛੱਡੀਆਂ ਜਾ ਸਕੀਆਂ। ਤਿਆਗ ਤੇ ਅੰਦਰੋਂ ਵੀ ਹੋਣਾ ਸੀ ਨਾ ਕੁਝ ਨਾ ਕੁਝ, ਛੱਡਣਾ ਤੇ ਅੰਦਰੋਂ ਵੀ ਕੁਝ ਨਾ ਕੁਝ ਪੈਣਾ ਸੀ। ਪ੍ਰੋਬਲਮ ਤੇ ਸਾਰੀ ਅੰਦਰੋਂ ਕਿਸੇ ਪਕੜਦੀ ਸੀ, ਉਹ ਅੰਦਰ ਦੀ ਪਕੜ ਨਹੀਂ ਛੱਡੀ ਗਈ, ਬਾਹਰ ਦੀਆਂ ਕੁਝ ਚੀਜ਼ਾਂ ਬੜੇ ਯਤਨ ਬੜੀ ਮਿਹਨਤ ਕਰਕੇ ਛੱਡ ਦਿੱਤੀਆਂ। ਗੁਰੂ ਨੇ ਆਖਿਆ ਚੰਗਾ ਹੁੰਦਾ ਜੋ ਅੰਦਰ ਦੀ ਪਕੜ ਛੁੱਟ ਜਾਂਦੀ, ਅੰਦਰੋਂ ਜਿਨਕਾ ਮੋਹ ਟੁੱਟਾ। ਬਾਹਰ ਦੇ ਸੰਬੰਧ ਦੀ ਗੱਲ ਨਹੀਂ ਕੀਤੀ ਗੁਰੂ ਅਮਰਦਾਸ ਮਹਾਰਾਜ ਨੇ, ਬਾਹਰ ਦਾ ਸੰਬੰਧ ਨਹੀਂ ਤੋੜਨਾ, ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸੁਆਰਿਆ, ਕਹਿ ਨਾਨਕ ਆਨੰਦ ਹੈ। ਇੱਥੇ ਤੇ ਉਹ ਆਨੰਦ ਦੀ ਅਵਸਥਾ ਹੈ, ਇੱਥੇ ਤੇ ਉਹ ਜੀਵਨ ਦਾ ਖੇੜਾ ਹੈ। ਸਤਿਗੁਰਾਂ ਨੇ ਆਖਿਆ ਤਿਆਗਨਾ ਤਿਆਗਨ ਨੀਕਾ ਕਾਮ ਕ੍ਰੋਧ ਲੋਭ ਤਿਆਗਨ। ਸਤਿਗੁਰਾਂ ਨੇ ਆਖਿਆ ਜੇ ਇਹ ਐਬ ਅੰਦਰੋਂ ਛੁੱਟ ਗਿਆ ਨਾ, ਇਹ ਤਿਆਗ ਅੰਦਰੋਂ ਹੋ ਗਿਆ
ਤੁਸੀਂ ਅੰਦਾਜ਼ਾ ਲਾ ਕੇ ਵੇਖੋ ਸੰਸਾਰ ਕਿੰਨਾ ਖੂਬਸੂਰਤ ਤੇ ਸੋਹਣਾ ਬਣ ਸਕਦਾ, ਮਨੁੱਖ ਦਾ ਜੀਵਨ ਕਿੰਨਾ ਤੌਖਲਿਆਂ ਤੋਂ ਮੁਕਤ ਹੋ ਸਕਦਾ। ਤੂੰ ਗਰੀਬ ਨਵਾਜ ਕਹਿਣ ਲੱਗੇ, ਚੜ੍ਹ ਸੁਮੇਰ ਪਰਬਤਾਂ ਦੀਆਂ ਉਚਾਈਆਂ ਤੇ ਚੜ੍ਹ ਕੇ, ਪਹਾੜਾਂ ਦੀਆਂ ਉਚਾਈਆਂ ਤੱਕ ਜਾ ਕੇ ਢੂੰਡ ਜਾ ਬਿਆਵਾ। ਜਦੋਂ ਢੂੰਡ ਕੇ ਪਹਾੜ ਕੇ ਥੱਕ ਕੇ ਜੀਵ ਹਾਰ ਜਾਂਦਾ ਹੈ ਤਾਂ ਉਸ ਵੇਲੇ ਕਬੀਰ ਸਾਹਿਬ ਆਖਦੇ ਨੇ ਉਹਦੇ ਲਈ ਕੀ ਰਸਤਾ, ਹੁਣ ਕੀ ਕਰਨਾ ਚਾਹੀਦਾ। ਕਹਿੰਦੇ ਜੇ ਇਹ ਗੜ ਗੜਿਓ, ਗੜ ਕਹਿੰਦੇ ਨੇ ਸਰੀਰ ਰੂਪੀ ਕਿਲੇ, ਜਿਸ ਨੇ ਇਸ ਸਰੀਰ ਰੂਪੇ ਕਿਲੇ ਨੂੰ ਸਿਰਜਿਆ ਉਹ ਆਪਣੇ ਬਣਾਏ ਹੋਏ ਇਸ ਸਰੀਰ ਰੂਪੀ ਘਰ ਦੇ ਅੰਦਰ ਵਾਹਿਗੁਰੂ ਅਕਾਲ ਪੁਰਖ ਬਿਰਾਜਮਾਨ ਹੈ। ਸੋ ਗੜ ਮੈਂ ਪਾਵਾ, ਉਹਨੂੰ ਮੈਂ ਆਪਣੇ ਇਸ ਸਰੀਰ ਰੂਪੀ ਘਰ ਦੇ ਵਿੱਚੋਂ ਹੀ, ਇਸ ਕੱਚੇ ਕਿਲੇ ਵਿੱਚੋਂ ਹੀ ਲੱਭ ਲਿਆ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਹਿਸਕ੍ਰਿਤੀ ਸਲੋਕਾਂ 'ਚ ਸਰੀਰ ਨੂੰ ਕੱਚਾ ਕਿਲਾ ਕੇ, ਕਾਚ ਕੋਟਨ ਰਚੰਤ ਤੋਯੰ ਲੇਪਨੰ ਰਕਤ ਚਰਮਣ ਨਵੰਤਾ ਦੁਆਰੰ ਪੀਤ ਰਹਿਤੰ ਬਾਏ ਰੂਪੰ ਅਸਥੰਬਨ। ਹਵਾ ਦੀ ਥੰਮੀ ਦੇ ਕੇ ਖਲਿਆਰਿਆ ਹੋਇਆ ਇਹ ਸਰੀਰ ਦਾ ਕੱਚਾ ਕਿਲਾ ਪਾਣੀ ਨਾਲ ਜਿਹਦੀ ਰਚਨਾ ਹੋਈ ਹੈ। ਕਹਿੰਦੇ ਨੇ ਉਹ ਇਸ ਸਰੀਰ ਰੂਪੀ ਕਿਲੇ ਵਿੱਚ ਹੀ ਰਹਿੰਦਾ ਹੈ, ਆਪਣੇ ਬਣਾਏ ਇਸ ਕਿਰਤ ਵਿੱਚ ਹੀ ਵਸਿਆ ਹੋਇਆ ਹੈ। ਉਹਨੂੰ ਮੈਂ ਆਪਣੇ ਅੰਦਰੋਂ ਹੀ ਲੱਭ ਲਿਆ, ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ। ਅਗਲੇਰੇ ਬੰਦ ਵਿੱਚ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨਾਣਾ ਰਣ ਰੂਤੋ ਨਰ ਨੇ ਹੀ ਕਰੇ। ਰਣ ਦਾ ਅਰਥ ਹੁੰਦਾ ਹੈ ਮੈਦਾਨ ਏ ਜੰਗ, ਰਣ ਭੂਮੀ ਜਿੱਥੇ ਕੋਈ ਸੰਘਰਸ਼ ਲੜਿਆ ਜਾਂਦਾ ਹੈ, ਜਿੱਥੇ ਕੋਈ ਲੜਾਈ ਲੜੀ ਜਾਂਦੀ ਹੈ, ਜਿੱਥੇ ਕੋਈ ਯੁੱਧ ਹੁੰਦਾ ਹੈ। ਰੂਤੋ ਦਾ ਅਰਥ ਹੈ ਰੁੱਝਾ ਹੋਇਆ। ਕਬੀਰ ਸਾਹਿਬ ਕਹਿੰਦੇ ਉਹ ਅਸਲ ਸੂਰਮਾ ਹੈ ਜਿਹੜਾ ਇਸ ਸੰਸਾਰ ਦੀ ਰਣ ਭੂਮੀ ਦੇ ਵਿੱਚ ਰੁੱਝਾ ਹੋਇਆ। ਤਾਂ ਕਿਹਦੇ ਨਾਲ ਉਹ ਲੜ ਰਿਹਾ, ਉਹਦੀ ਜੰਗ ਕਿਸ ਨਾਲ ਹੋ ਰਹੀ ਹੈ, ਕਿਸ ਸੂਰਮੇ ਤੇ ਕਿਸ ਰਣ ਭੂਮੀ ਦੀ ਗੱਲ ਕਬੀਰ ਸਾਹਿਬ ਜੀ ਨੇ ਆਪਣੇ ਇਹਨਾਂ ਬਚਨਾਂ ਵਿੱਚ ਕਹੀ ਹੈ। ਕਹਿੰਦੇ ਨਰ ਨੇ ਹੀ ਕਰੇ, ਨੇ ਹੀ ਦਾ ਅਰਥ ਹੁੰਦਾ ਹੈ ਕਾਬੂ ਵਿੱਚ ਕਰਨਾ। ਨੇ ਹੀ ਤੇ ਨਿਹ ਤੇ ਇਹ ਦੋਵੇਂ ਸ਼ਬਦ ਜਿਹੜੇ ਨੇ ਤਕਰੀਬਨ ਸਮਾਨ ਅਰਥੀ ਨੇ। ਬਚਨ ਆਉਂਦਾ ਮਹਾਰਾਜ ਦੀ ਬਾਣੀ ਦੇ ਵਿੱਚ, ਕਹਿੰਦੇ ਨੇ ਵਾਕ ਵਜਨ ਟਮਕ ਭੇਰੀਆਂ ਮਲ ਲੱਥੇ ਲੈਂਦੇ ਫੇਰੀਆਂ। ਜਿੱਥੇ ਛਿੰਝ ਪੈਂਦੀ ਹੋਵੇ ਨਾ, ਪਹਿਲਵਾਨਾਂ ਨੇ ਘੁਲਣਾ ਹੋਵੇ, ਉੱਥੇ ਢੋਲ ਵੱਜਦੇ ਨੇ, ਨਗਾਰੇ ਤੂਤੀਆਂ ਵੱਜਦੀਆਂ ਨੇ, ਭੇਰੀਆਂ ਵੱਜਦੀਆਂ ਨੇ, ਬਹੁਤ ਕਣਕੋਹਰ ਹੁੰਦੀ ਹੈ ਹੌਸਲਾ ਵਧਾਉਣ ਵਾਸਤੇ ਕਿ ਪਹਿਲਵਾਨ ਜਿਨ੍ਹਾਂ ਨੇ ਦੰਗਲ ਕਰਨਾ ਉਹਨਾਂ ਦੇ ਹੌਸਲੇ ਦੂਣੇ ਚੌਣੇ। ਸਾਜ਼ ਦੀ ਆਪਣੀ ਇੱਕ ਮਹੱਤਤਾ ਮਨੁੱਖ ਨੂੰ ਮਾਨਸਿਕ ਤੌਰ ਉੱਤੇ ਤਿਆਰ ਕਰਨ ਦੀ ਮਿਥੀ ਗਈ ਹੈ। ਜਦੋਂ ਪੁਰਾਤਨ ਨਿਹੰਗ ਸਿੰਘ ਨਗਾਰਾ ਵਜਾਉਂਦੇ ਸਨ ਲੰਗਰ ਦੇ ਸਮੇਂ, ਜਦੋਂ ਸਿੱਖਾਂ ਨੂੰ ਇਕੱਠਿਆਂ ਕਰਨਾ, ਨਗਾਰੇ ਵਜਾਉਣ ਦੇ ਤਰੀਕੇ ਹੋਰ ਹੁੰਦੇ ਸਨ, ਮੈਦਾਨੇ ਜੰਗ ਵੱਲ ਚੜ੍ਹਾਈ ਕਰਨੀ ਹੈ ਨਗਾਰਾ ਵਜਾਉਣ ਦਾ ਢੰਗ ਹੋਰ ਹੁੰਦਾ ਸੀ, ਔਰ ਜੋ ਮੈਦਾਨੇ ਜੰਗ ਵਿੱਚ ਕਣਕੂਰ ਪੈਂਦੀ ਹੈ ਸਾਜ਼ਾਂ ਦੀ, ਉਹ ਅੰਦਰ ਜੋਸ਼ ਪੈਦਾ ਕਰਨ ਵਾਸਤੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਜਿਹੜੇ ਰਾਗ ਨੇ ਜਿਨ੍ਹਾਂ ਨੂੰ ਸੰਗੀਤ ਬਾਬਤ ਅਕਾਲ ਪੁਰਖ ਨੇ ਦਾਤ ਬਖਸ਼ੀ ਹੈ, ਸੋਝੀ ਹੈ ਜਿਨ੍ਹਾਂ ਨੂੰ, ਉਹ ਚੰਗੀ ਤਰ੍ਹਾਂ ਜਾਣਦੇ ਨੇ ਕਿ ਸੰਗੀਤ ਦਾ ਮਨੁੱਖ ਦੀ ਮਾਨਸਿਕ ਅਵਸਥਾ ਦੇ ਉੱਤੇ ਇੱਕ ਖਾਸ ਪ੍ਰਭਾਵ ਪੈਂਦਾ। ਇਸ ਕਰਕੇ ਵਿਦਵਾਨਾਂ ਨੇ ਉਹ ਸੁਰ ਨੂੰ ਸਮੇਂ ਦੇ ਨਾਲ ਢਾਲਿਆ ਵੀ ਆਹ ਜਿਹੜਾ ਰਾਗ ਹੈ, ਆਹ ਅਲਾਪ ਹੈ, ਜੇ ਇਸ ਸਮੇਂ ਦੇ ਉੱਤੇ ਲਾਇਆ ਜਾਏ ਤਾਂ ਸਮੇਂ ਦੇ ਮੁਤਾਬਕ ਬਹੁਤ ਚੰਗਾ ਅਸਰ ਮਨੁੱਖ ਦੇ ਮਨ ਉੱਤੇ ਕਰਦਾ। ਖੈਰ, ਸਤਿਗੁਰੂ ਕਹਿੰਦੇ ਨੇ ਵਾਤ ਵਜਨ ਟਮਕ ਭੇਰੀਆਂ ਮਲ, ਮਲ ਕਹਿੰਦੇ ਨੇ ਪਹਿਲਵਾਨਾਂ ਨੂੰ, ਲੱਥੇ ਛਿੰਝ ਦੇ ਛਿੰਝ ਵਾਲੀ ਥਾਂ ਤੇ ਆਏ ਹੋਏ, ਲੈਂਦੇ ਫੇਰੀਆਂ, ਚਾਰ ਚੁਫੇਰੇ ਗੇੜੇ ਕੱਢ ਰਹੇ। ਇਹ ਪਤਾ ਕਿਹਨੂੰ ਕਿਹਾ,
ਵਿਕਾਰਾਂ ਨੂੰ ਕਿਹਾ। ਕਹਿੰਦੇ ਨੇ ਪੰਜ ਵਿਕਾਰ ਪਹਿਲਵਾਨਾਂ ਵਾਂਗ ਬੜੇ ਤਕੜੇ ਤਕੜੇ ਇਸ ਸੰਸਾਰ ਦੀ ਛਿੰਝ ਵਿੱਚ ਐਨ ਗੇੜੀਆਂ ਲਿਆ ਰਹੇ ਨੇ ਵੀ ਆਓ ਕੋਈ ਹੈ ਐਸਾ ਸੂਰਮਾ ਜਿਹੜਾ ਸਾਨੂੰ ਪਟਕਾ ਸਕੇ, ਸਾਨੂੰ ਹਰਾ ਸਕੇ, ਸਾਡੀ ਪਿੱਠ ਲਵਾ ਸਕੇ। ਕਹਿੰਦੇ ਨੇ ਮੈਂ ਇਸ ਰਣ ਛਿੰਝ ਦੇ ਵਿੱਚ ਪੁੱਦਿਆ ਹੋਇਆ ਹਾਂ, ਪਰ ਆਪਣੀ ਚਤੁਰਾਈ ਕਰਕੇ ਨਹੀਂ, ਆਪਣੇ ਬਲ ਕਰਕੇ ਨਹੀਂ, ਮੈਂ ਇਹਨਾਂ ਨੂੰ ਜਿੱਤ ਵੀ ਲਿਆ ਪਰ ਆਪਣੀ ਕਿਸੇ ਖੂਬੀ ਕਰਕੇ ਨਹੀਂ। ਕਹਿੰਦੇ ਨਿਹਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਕਹਿੰਦੇ ਨੇ ਗੁਰੂ ਨੇ ਮੇਰੀ ਕੰਡ ਉੱਤੇ ਹੱਥ ਰੱਖਿਆ, ਬਖਸ਼ਿਸ਼ ਕੀਤੀ, ਗੁਰੂ ਮੇਰੇ ਮਗਰ ਖੜਾ ਸੀ, ਮੇਰੀ ਤਾਕਤ ਬਣ ਕੇ ਗੁਰੂ ਦੇ ਉਪਦੇਸ਼ ਤੇ ਗੁਰੂ ਦੀ ਦੱਸੀ ਜੁਗਤ ਨਾਲ ਮੈਂ ਇਹ ਪੰਜੇ ਹੀ ਨਿਢਾਲ ਕਰਕੇ ਸੁਣ ਦਿੱਤੇ, ਪੰਜਾਂ ਤੇ ਕਾਬੂ ਪਾ ਲਿਆ। ਤਾਈਓ ਮਹਾਰਾਜ ਦੀ ਬਾਣੀ ਵਿੱਚ ਇਹ ਬਚਨ ਆਉਂਦਾ, ਐਸੋ ਕੌਣ ਬਲੀ ਰੇ ਜਿਨ ਮੇਲ ਮਾਰੇ ਪੰਜ ਸੂਰਬੀਰ ਸੋ ਪੂਰਾ ਏ ਕਲੀ ਰੇ। ਵੱਡੀ ਫੌਜ, ਕਹਿੰਦੇ ਨੇ ਬਹੁਤ ਭਾਰੀ ਫੌਜ ਹੈ ਮਨੁੱਖ ਦੇ ਸਾਹਮਣੇ ਜਿਸ ਨਾਲ ਇਸਨੇ ਜੂਝਣਾ, ਜਿਸ ਨਾਲ ਇਸਨੇ ਲੜਨਾ। ਕੋਈ ਹੈ ਐਸਾ ਮਹਾਂਬਲੀ, ਕੋਈ ਹੈ ਐਸਾ ਸੂਰਮਾ ਜਿਹੜਾ ਇਹਨਾਂ ਦੇ ਨਾਲ, ਵੇਖੋ ਸੰਸਾਰ ਦੇ ਇਤਿਹਾਸ ਵਿੱਚ ਬੜੇ ਮਹਾਂਬਲੀ ਯੋਧਿਆਂ ਦਾ, ਸੰਘਰਸ਼ ਲੜਨ ਵਾਲਿਆਂ ਦਾ, ਵੱਡੇ ਵੱਡੇ ਜੰਗਾਂ ਤੇ ਯੁੱਧਾਂ ਰਣ ਤੱਤਿਆਂ ਦੇ ਜੇਤੂਆਂ ਦਾ ਇਤਿਹਾਸ ਦੇ ਪੰਨਿਆਂ ਦੇ ਉੱਤੇ ਲੋਕ ਬੜੇ ਮਾਣ ਤੇ ਸ਼ਾਨ ਨਾਲ ਜ਼ਿਕਰ ਪੜ੍ਹਦੇ ਤੇ ਸੁਣਦੇ ਨੇ। ਪਰ ਕਮਾਲ ਦੀ ਗੱਲ ਇਹ ਹੈ, ਕਈ ਵਾਰ ਬਾਹਰ ਦੇ ਚਾਰ ਸਰੀਰਾਂ ਨੂੰ ਜਿੱਤਣ ਵਾਲਾ ਬੰਦਾ ਆਪਣੇ ਆਪ ਤੋਂ ਹਾਰ ਤੇ ਥੱਕ ਜਾਂਦਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਆਪਾਂ ਬਚਨ ਪੜ੍ਹਦੇ ਹਾਂ, ਸਤਿਗੁਰੂ ਕਹਿੰਦੇ ਨੇ ਜਿਸ ਨੂੰ ਅੰਦਰੋਂ ਰੱਬ ਦੇ ਨਾਲ ਪਿਆਰ ਪੈ ਗਿਆ ਤੇ ਜਿਸ ਨੇ ਆਤਮ ਨੂੰ ਜਿੱਤ ਲਿਆ ਉਹ ਅਸਲ ਸੂਰਮਾ ਹੈ। ਜਾ ਕਹੋ ਹਰ ਰੰਗ ਲਾਗੋ ਇਸ ਯੁੱਗ ਮੈਂ ਹੈ, ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ। ਇਤਿਹਾਸ ਕਹਿੰਦਾ ਛਠਮ ਪੀਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਜਿਤਨੀ ਵੀ ਫੌਜ ਭਰਤੀ ਕੀਤੀ ਨਾ ਉਹਨਾਂ ਲਈ ਸਤਸੰਗ ਲਾਜ਼ਮੀ ਕੀਤਾ। ਔਰ ਇੱਕ ਗੱਲ ਉਹਨਾਂ ਨੂੰ ਕਹੀ, ਜਿਸ ਦਿਨ ਮਹਾਰਾਜ ਨੇ ਪਹਿਲੇ ਦਿਨ ਆਪਣੇ ਸਾਹਮਣੇ ਤਿਆਰ ਬਰ ਤਿਆਰ ਸਿੱਖ ਸਿਪਾਹੀਆਂ ਦੇ ਜਥੇ ਕਾਇਮ ਕੀਤੇ, ਉਹਨਾਂ ਨੂੰ ਪੰਜ ਹਿੱਸਿਆਂ ਵਿੱਚ ਮਹਾਰਾਜ ਨੇ ਵੰਡਿਆ, ਜਿਹਦੇ ਵਿੱਚ ਭਾਈ ਬਿਧੀ ਚੰਦ ਜੀ ਸਨ, ਭਾਈ ਜੇਠਾ ਜੀ, ਭਾਈ ਪੈੜਾ ਜੀ, ਪੁਰਾਣਾ ਜੀ, ਔਰ ਇਹ ਸਾਰੇ ਗੁਰਸਿੱਖ ਉਹ ਸਨ ਜਿਨ੍ਹਾਂ ਨੇ ਸਪੁਰਦੇ ਜਥੇ ਕੀਤੇ ਗਏ। ਸਤਿਗੁਰਾਂ ਨੇ ਉਸ ਦਿਨ ਉਹਨਾਂ ਨੂੰ ਉਪਦੇਸ਼ ਦਿੰਦਿਆਂ, ਨਿਯਮ ਸਮਝਾਉਂਦਿਆਂ ਕਿਹਾ, ਸੱਤ ਲੋਕਾਂ ਤੇ ਤੁਹਾਡੀ ਤਲਵਾਰ ਨਹੀਂ ਚੱਲੇਗੀ, ਬੱਚੇ ਉੱਤੇ, ਬਜ਼ੁਰਗ ਉੱਤੇ, ਔਰਤ ਉੱਤੇ, ਬਿਮਾਰ ਦੇ ਉੱਤੇ, ਜ਼ਖਮੀ ਹੋਏ ਦੇ ਉੱਤੇ, ਮੈਦਾਨ ਛੱਡ ਕੇ ਭੱਜ ਗਏ ਦੇ ਉੱਤੇ, ਤੇ ਜਿਹੜਾ ਸ਼ਰਨ ਆ ਗਿਆ ਹੈ ਉਸ ਉੱਤੇ। ਹੈਰਾਨੀ ਹੋਈ, ਅੱਜ ਤੱਕ ਸੰਸਾਰ ਦੇ ਲੋਕਾਂ ਨੇ, ਸੰਸਾਰ ਦੀ ਕਿਸੇ ਸੱਤਾ ਨੇ, ਕਿਸੇ ਫੌਜੀ ਕਮਾਂਡਰ ਨੇ ਆਪਣੇ ਸਿਪਾਹੀਆਂ ਦੇ ਹੱਥ ਤਲਵਾਰ ਦੇ ਕੇ ਇਹੋ ਜਿਹੀਆਂ ਬੰਦਿਸ਼ਾਂ ਨਹੀਂ ਲਾਈਆਂ। ਉਹਨਾਂ ਆਖਿਆ ਆਪਾਂ ਜਿੱਤਾਂ ਜਿੱਤਣੀਆਂ ਨੇ, ਜਿੰਨੀ ਮਰਜ਼ੀ ਤਬਾਹੀ ਕਰ ਦਿਓ, ਕੋਈ ਪਰਵਾਹ ਨਹੀਂ, ਕੋਈ ਪਰਵਾਹ ਨਹੀਂ। ਔਰ ਅੱਜ ਤੱਕ ਵੀ ਸੰਸਾਰ ਦੇ ਇਤਿਹਾਸ ਵਿੱਚ ਤੁਸੀਂ ਵੇਖੋ, ਦੋ ਮੁਲਕਾਂ ਦੀਆਂ ਫੌਜਾਂ ਜਦੋਂ ਭਿੜਦੀਆਂ ਨੇ ਇੱਕ ਦੂਜੇ ਦੇ ਇਲਾਕੇ ਜਦੋਂ ਜਾਂਦੀਆਂ ਨੇ, ਉਹ ਕਹਿ ਢਾਉਂਦੀਆਂ ਨੇ ਜਿਹੜਾ ਬਿਆਨ ਤੋਂ ਬਾਹਰ ਹੁੰਦਾ, ਕਿਉਂਕਿ ਖੁੱਲ ਹੈ, ਲੁੱਟਮਾਰ ਦੀ ਖੁੱਲ ਹੈ, ਬੇਪਤੀਆਂ ਕਰਨ ਦੀ ਖੁੱਲ ਹੈ, ਜ਼ੁਲਮ ਕਮਾਉਣ ਦੀ ਖੁੱਲ ਹੈ, ਕਿਉਂਕਿ ਉਹ ਜੇਤੂ ਨੇ। ਜੇਤੂ ਆਪਣੀ ਮਨ ਮਰਜ਼ੀ ਕਰਦਾ, ਉਹਨੂੰ ਲੱਗਦਾ ਜਿਹਨਾਂ ਨੂੰ ਮੈਂ ਜਿੱਤ ਲਿਆ ਇਹਨਾਂ ਦੇ ਨਾਲ ਹੁਣ ਮੈਂ ਮਨ ਮਰਜ਼ੀ ਦਾ ਸਲੂਕ ਕਰ ਸਕਦਾ। ਸਤਿਗੁਰਾਂ ਨੇ ਇਸ ਪਾਬੰਦੀਆਂ ਲਾਈ, ਸੱਤ ਲੋਕਾਂ ਤੇ ਤੁਹਾਡੀ ਤਲਵਾਰ, ਤੁਹਾਡਾ ਹਥਿਆਰ ਨਹੀਂ ਚੱਲ ਸਕਦਾ।
ਸਤਿਗੁਰੂ ਪਾਤਸ਼ਾਹ ਕਿਉਂ? ਹਜ਼ੂਰ ਨੇ ਆਖਿਆ ਤੁਹਾਡੇ ਹੱਥ ਦੀ ਤਲਵਾਰ ਜਿਹੜੀ ਹੈ ਇਹ ਤਲਵਾਰ ਢਾਲ ਦਾ ਕੰਮ ਕਰੇਗੀ। ਅਸੀਂ ਇਹ ਤਲਵਾਰ ਤੁਹਾਨੂੰ ਜ਼ੁਲਮ ਕਰਨ ਵਾਸਤੇ ਜਾਂ ਦੁਨੀਆਂ ਦੇ ਅੰਦਰ ਆਪਣੀ ਹਉਮੈ ਚ ਮੁਕਾਉਣ ਵਾਸਤੇ ਨਹੀਂ ਦਿੱਤੀ, ਇਹ ਮਜ਼ਲੂਮ ਦੀ ਰੱਖਿਆ ਤੇ ਜਰਵਾਣੇ ਦੀ ਭੱਖਿਆ ਵਾਸਤੇ ਬਖਸ਼ੀ ਹੈ। ਇਹਦਾ ਕੋਈ ਮਕਸਦ ਹੈ? ਜਿਹੜਾ ਵੀ ਹਥਿਆਰ ਬੇਮਕਸਦ ਹੋ ਜਾਂਦਾ ਹੈ ਉਹ ਤਬਾਹੀ ਪੈਦਾ ਕਰਦਾ ਹੈ। ਇਸ ਵਾਸਤੇ ਤੁਹਾਨੂੰ ਦਿੱਤੀ ਹੈ, ਜ਼ੁਲਮ ਨੂੰ ਰੋਕਣ ਵਾਸਤੇ, ਪਾਪ ਨੂੰ ਠੱਲ ਪਾਉਣ ਵਾਸਤੇ, ਧਰਮ ਦੀ ਜਿੱਤ ਵਾਸਤੇ ਔਰ ਮਜ਼ਲੂਮ ਗਰੀਬ ਨਿਮਾਣੇ ਤੇ ਨਿਤਾਣੇ ਦੀ ਰੱਖਿਆ ਵਾਸਤੇ। ਇਹ ਸਤਿਗੁਰਾਂ ਦਾ ਬਾਕਾਇਦਾ ਹੁਕਮ ਸੀ। ਕਲਗੀਧਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਅਸੀਂ ਜੀਵਨ ਪੜ੍ਹੀਏ। ਭਾਈ ਕਾਨ ਸਿੰਘ ਨਾਭਾ ਜੀ ਨੇ ਇੱਕ ਜਗ੍ਹਾ ਲਿਖਿਆ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਤੁਹਾਡੀ ਤਲਵਾਰ ਨਿਮਾਣਿਆਂ ਦਾ ਮਾਣ ਤੇ ਨਿਪੱਤਿਆਂ ਦੀ ਪੱਤ ਹੈ, ਔਰਤਾਂ ਦਾ ਸੱਤ ਬਚਾਉਣ ਵਾਲੀ ਹੈ। ਹੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਮੌਤ ਅਤੇ ਮੁਕਤੀ ਨੂੰ ਇੱਕੋ ਵਾਰ ਦੇਣ ਵਾਲੀ ਤੇਗ ਸੱਚੇ ਪਾਤਸ਼ਾਹ ਸਵਾਮੀ ਦਸ਼ਮੇਸ਼ ਦੀ। ਇਹਦਾ ਭਾਵ ਪਤਾ ਕੀ ਹੈ? ਮੌਤ ਕਿਹਨਾਂ ਨੂੰ ਦਿੰਦੀ ਹੈ? ਜੋ ਸੰਸਾਰ ਨੂੰ ਖਤਮ ਕਰਨਾ ਚਾਹੁੰਦੇ ਨੇ, ਜ਼ਹਿਰ ਭਰਨਾ ਚਾਹੁੰਦੇ ਨੇ ਲੋਕਾਂ ਦੀਆਂ ਨਸਾਂ 'ਚ, ਸੱਤਾ ਦੇ ਹੰਕਾਰ ਵਿੱਚ ਚੂਰ ਹੋਏ ਜਿਹੜੇ ਲੋਕਾਂ ਦੀ ਪੱਤ, ਲੋਕਾਂ ਦਾ ਸੱਤ, ਲੋਕਾਂ ਦਾ ਧਨ, ਲੋਕਾਂ ਦੀ ਜਾਨ ਔਰ ਲੋਕਾਂ ਦਾ ਧਰਮ, ਕਲਚਰ ਤੇ ਭਾਸ਼ਾ, ਸੱਭਿਆਚਾਰ ਤੇ ਜਗ੍ਹਾ, ਹੱਕ ਤੇ ਹਕੂਕ ਮਿੱਟੀ 'ਚ ਮਿਲਾ ਦੇਣ ਵਾਲੇ ਨੇ। ਕਲਗੀਧਰ ਸਾਹਿਬ ਮਹਾਰਾਜ ਦੀ ਤਲਵਾਰ ਉਹਨਾਂ ਦੇ ਉੱਤੇ ਮੌਤ ਦੀ ਬਿਜਲੀ ਵਾਂਗ ਕੜਕਦੀ ਹੈ। ਤੇ ਮੁਕਤੀ ਕਿਹਨਾਂ ਨੂੰ? ਜਿਹੜੇ ਗੁਲਾਮੀ ਦਾ ਜੀਵਨ ਆ ਉਹਨਾਂ ਨੂੰ ਗੁਲਾਮੀ ਤੋਂ ਮੁਕਤੀ, ਜਿਹੜੇ ਫਸੇ ਪਏ ਨੇ ਉਹਨਾਂ ਜ਼ਾਲਮਾਂ ਦੇ ਘੇਰੇ ਤੇ ਸਿਕੰਜੇ ਵਿੱਚ, ਉਸ ਸਿਕੰਜੇ 'ਚੋਂ ਮੁਕਤੀ, ਆਜ਼ਾਦੀ ਤੇ ਹੱਕ ਹਕੂਕ ਵਾਲਾ ਜੀਵਨ ਬਖਸ਼ਿਸ਼ ਕਰਨ ਵਾਲੀ। ਇਹ ਹਜ਼ੂਰ ਦੇ ਨਿਯਮ ਸਨ ਜਿਹਨਾਂ ਨੂੰ ਖਾਲਸੇ ਨੇ ਬਾਅਦ ਅਸਤੂਰ ਪਾਲਿਆ। ਔਰ ਸਾਡੇ ਲਈ ਸਮਝਣ ਗੋਚਰੀ ਗੱਲ ਇਹ ਹੈ ਵੀ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਤਾਂ ਹੀ ਹੋ ਸਕਦਾ ਹੈ ਨਾ ਵੀ ਤੁਹਾਡੇ ਕੋਲ ਹੱਥ ਵਿੱਚ ਫੜਿਆ ਹੋਇਆ ਸ਼ਸਤਰ ਤਾਂ ਤੁਹਾਡੀ ਮਰਜ਼ੀ ਮੁਤਾਬਕ ਹੀ ਚੱਲੇਗਾ ਨਾ, ਜਿਵੇਂ ਤੁਸੀਂ ਉਹਨੂੰ ਚਲਾਉਂਦੇ ਹੋ। ਤੇ ਮਨ ਦੀ ਮਰਜ਼ੀ ਕੀ ਹੈ? ਜੇ ਮਨ 'ਚ ਸਵਾਰਥ ਹੈ ਤਾਂ ਉਹ ਹਥਿਆਰ ਜਿਹੜਾ ਉਹ ਲੁੱਟ ਖੋਹ ਦੇ ਕੰਮ ਆਉਂਦਾ। ਜੇ ਮਨ 'ਚ ਦਇਆ ਹੈ ਤਾਂ ਤੁਸੀਂ ਮਜ਼ਲੂਮ ਦੀ ਰਾਖੀ ਲਈ ਡਟ ਕੇ ਖਲੋ ਜਾਓਗੇ। ਹਥਿਆਰ ਤੇ ਉਹੋ ਜਿਹਾ ਹੀ ਤੁਹਾਡੇ ਹੱਥ 'ਚ ਹੈ, ਉਹੋ ਜਿਹਾ ਹੀ ਜ਼ਾਲਮ ਦੇ ਹੱਥ 'ਚ ਹੈ, ਪਰ ਫਰਕ ਕੇਵਲ ਕੀ ਹੈ? ਜੇ ਤੁਹਾਡੇ ਮਨ ਅੰਦਰ ਧਰਮ ਹੈ, ਸੱਚ ਹੈ, ਨੇਕੀ ਹੈ ਤੇ ਤੁਹਾਡੀ ਤਲਵਾਰ ਭਲੇ ਲਈ ਉੱਠੇਗੀ। ਜੇ ਤੁਹਾਡੇ ਮਨ 'ਚ ਲੋਭ ਸਵਾਰਥ ਹੈ, ਪਾਪ ਤੇ ਹੰਕਾਰ ਹੈ ਤਾਂ ਤਬਾਹੀ ਲਈ ਉੱਠੇਗੀ। ਤੇ ਉੱਥੇ ਜੈ ਕਿਹਦੀ ਹੋਣੀ ਚਾਹੀਦੀ ਹੈ? ਧੰਦਾ ਯੋਗ ਕਿਹੜੀ ਚੀਜ਼ ਹੈ? ਧੰਨ ਗੁਰੂ ਗ੍ਰੰਥ ਸਾਹਿਬ ਨੇ ਆਖਿਆ ਅੰਦਰ ਵੱਸਦਾ ਹੋਇਆ ਧਰਮ, ਉਹਦੀ ਜੈ ਜੈਕਾਰ ਕਰੋ। ਕਿਉਂਕਿ ਸੰਸਾਰ ਨੂੰ ਬਦਲਣਾ ਉਸ ਸੋਚ ਨੇ, ਉਸ ਧਰਮ ਨੇ। ਉਸ ਧਰਮ ਤੋਂ ਬਿਨਾਂ ਬਾਹਰ ਦੇ ਹਥਿਆਰ ਤਬਾਹੀ ਪੈਦਾ ਕਰ ਦੇਣਗੇ। ਤੇ ਜੇ ਅੰਦਰ ਧਰਮ ਹੋ ਗਿਆ, ਪੈਦਾ ਹੋਇਆ, ਧਰਮ ਹੋਇਆ ਜੀਵਨ ਦੇ ਅੰਦਰ, ਮਨ ਦੇ ਅੰਦਰ ਰੱਬ ਦੇ ਗੁਣਾਂ ਦਾ, ਦਇਆ ਦਾ, ਪਰਉਪਕਾਰ ਸੇਵਾ ਦਾ, ਖਲਕਤ ਦੇ ਭਲੇ ਦਾ ਖਿਆਲ ਹੋਇਆ ਤਾਂ ਇਨਸਾਫ ਤੇ ਹੱਕ ਹਕੂਕ ਬਖਸ਼ਿਸ਼ ਕਰਨ ਵਾਲਾ ਤੁਹਾਡਾ ਜੇ ਮਾਦਾ ਹੈ ਤਾਂ ਤੁਹਾਡਾ ਹਥਿਆਰ ਵੀ ਇਨਸਾਫ ਦੇ ਰਾਹ ਤੇ ਚੱਲੇਗਾ। ਇਹ ਬੜੀ ਵੱਡੀ ਗੱਲ ਹੈ। ਇਸ ਵਾਸਤੇ ਗੁਰਮਤ ਦੇ ਵਿੱਚ ਪਹਿਲਾਂ ਪੀਰੀ ਆਈ ਹੈ, ਫਿਰ ਮੀਰੀ ਆਈ ਹੈ। ਅਸੀਂ ਬੋਲਣ ਲੱਗੇ ਹਾਂ ਮੀਰੀ ਤੇ ਪੀਰੀ ਬੋਲਦੇ ਹਾਂ, ਪਰ ਗੁਰਮਤ ਵਿੱਚ ਪਹਿਲਾ ਸੰਕਲਪ ਜਿਹੜਾ ਹੈ ਉਹ ਪੀਰੀ ਦਾ ਹੈ ਤੇ ਦੂਸਰਾ ਸੰਕਲਪ ਜਿਹੜਾ ਹੈ ਉਹ ਮੀਰੀ ਦਾ ਹੈ। ਪੀਰੀ ਤੋਂ ਬਿਨਾਂ ਮੀਰੀ ਹਮੇਸ਼ਾ ਹੀ ਗੁਮਰਾਹ ਹੁੰਦੀ ਹੈ।
ਧਰਮ ਤੋਂ ਬਿਨਾਂ ਸੱਤਾ ਹਮੇਸ਼ਾ ਹੀ ਬੇਮੁਹਾਰੇ ਹੜ ਵਾਂਗ ਵਗਦੀ ਹੈ ਤੇ ਸਭ ਕੁਝ ਰੋੜ ਕੇ ਲੈ ਜਾਂਦੀ ਹੈ। ਇਸ ਕਰਕੇ ਗੁਰੂ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਸਿੱਖ ਨੂੰ ਧਰਮ ਦਾ ਸਬਕ ਦਿੱਤਾ ਹੈ, ਸਭ ਤੋਂ ਪਹਿਲਾਂ ਇਹਨੂੰ ਰੱਬੀ ਯਾਦ ਵਾਲਾ ਭਗਤ ਬਣਾਇਆ, ਇਸ ਦੇ ਜੀਵਨ ਦੇ ਅੰਦਰ ਸੱਚ ਪ੍ਰੇਮ ਦਇਆ ਪਰਉਪਕਾਰ ਤੇ ਸੇਵਾ ਦੇ ਗੁਣ ਪਾਏ ਨੇ ਤੇ ਫਿਰ ਇਸ ਨੂੰ ਸਤਿਗੁਰਾਂ ਨੇ ਇਹਨਾਂ ਗੁਣਾਂ ਦੀ ਰੱਖਿਆ ਵਾਸਤੇ, ਇਸ ਧਰਮ ਦੀ ਰੱਖਿਆ ਵਾਸਤੇ ਫਿਰ ਇਸ ਨੂੰ ਸ਼ਸਤਰ ਨਾਲ ਸ਼ਿੰਗਾਰਿਆ। ਪਹਿਲਾਂ ਸ਼ਸਤਰ ਨਹੀਂ ਦਿੱਤਾ ਇਹਦੇ ਹੱਥ ਵਿੱਚ। ਇਸ ਵਾਸਤੇ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦਿਆਂ ਹੋਇਆ ਕਹਿੰਦੇ ਨੇ, ਨਾਣਾ ਰਣ ਰੂਤੋ ਨਰ ਨੇਹੀ ਕਰੈ ਨਾ ਨਿਵੈ। ਜਿਹੜਾ ਮਨੁੱਖ ਫਿਰ ਇਹਨਾਂ ਵਿਕਾਰਾਂ ਅੱਗੇ ਝੁਕਦਾ ਨਹੀਂ, ਪਾਪ ਅੱਗੇ ਲਿਪਦਾ ਨਹੀਂ, ਨਾ ਪੁੰਨ ਸੰਚਰੈ ਤੇ ਨਾ ਵਿਕਾਰਾਂ ਨਾਲ ਮਿਲ ਕੇ ਚੱਲਦਾ ਪਾਪ ਨਾਲ, ਨਾ ਜਿਹੜਾ ਫਿਰ ਬਾਅਦ ਵਿੱਚ ਪਾਪ ਔਗਣ ਵਿਕਾਰ ਵਾਸ਼ਨਾ ਤੇ ਝੂਠ ਅਗਿਆਨਤਾ ਤੇ ਅਧਰਮ ਦੇ ਨਾਲ ਇੱਕ ਸੁਰ ਹੋ ਕੇ ਚੱਲਦਾ, ਨਾ ਉਹਨਾਂ ਅੱਗੇ ਨਿਵਿਆ ਤੇ ਨਾ ਉਹਨੇ ਇਹ ਔਗਣ ਧਾਰਨ ਕੀਤੇ। ਆਖਦੇ ਨੇ ਧਨ ਜਨਮ ਤਾਂ ਹੀ ਕੋ ਗਿਣੈ। ਕਬੀਰ ਸਾਹਿਬ ਕਹਿੰਦੇ ਉਹਦਾ ਜੀਵਨ ਧਨ ਹੈ, ਉਹਦਾ ਜਨਮ ਧਨ ਗਿਣਿਆ ਜਾਏਗਾ। ਮਾਰੈ ਇੱਕ ਹੈ, ਉਹ ਇੱਕ ਨਾਲ ਲੜਦਾ ਔਰ ਉਹਨੂੰ ਮਾਰ ਲੈਂਦਾ, ਕਾਬੂ ਕਰ ਲੈਂਦਾ। ਮਾਰਨ ਦਾ ਅਰਥ ਹੈ ਕਾਬੂ ਕਰਨਾ। ਮਾਰਨਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਵੇਦਾਂ ਜਿਹੜੀ ਖਿਮਾ ਕਰਨਾ ਵੈਦਾਂ ਵਾਲੀ ਭਾਸ਼ਾ ਦਾ ਵੀ ਵਰਤਿਆ ਗਿਆ। ਵੈਦ ਕਿਸੇ ਚੀਜ਼ ਦਾ ਔਗਣ ਕਿਸੇ ਚੀਜ਼ ਦਾ ਕੱਢ ਲੈਣਾ, ਉਹਨੂੰ ਕਹਿੰਦੇ ਨੇ ਮਾਰ ਲੈਣਾ। ਜਿਵੇਂ ਸੰਖੀਆ ਮਾਰਦੇ ਨੇ, ਜ਼ਹਿਰ ਦਾ ਔਗਣ ਕੱਢ ਕੇ ਉਹਨੂੰ ਦਵਾਈ ਵਿੱਚ ਵਰਤ ਲੈਂਦੇ। ਮਨ ਨੂੰ ਮਾਰਨ ਦਾ ਅਰਥ ਇਹ ਨਹੀਂ ਵੀ ਮਨ ਦੀ ਹੋਣ, ਮਨ ਦੀ ਹੋਣ ਮਿਟ ਗਈ ਤੇ ਜੀਵਨ ਕਿਹੜੇ ਕੰਮ ਰਹਿ ਜਾਏਗਾ। ਮਨ ਕਰਕੇ ਹੀ ਤੇ ਜੀਵਨ ਹੈ, ਮਨ ਹੀ ਨਾ ਰਿਹਾ ਤੋਂ ਬੰਦਾ ਤੇ ਪੱਥਰ ਹੈ। ਕੋਈ ਸੰਕਲਪ ਨਹੀਂ, ਕੋਈ ਫੁਰਨਾ ਨਹੀਂ, ਕੋਈ ਗੱਲ ਨਹੀਂ। ਇਹ ਫਰਕ ਹੈ, ਜੋਗੀਆਂ ਨੇ ਸ਼ੁਨ ਸਮਾਧੀ ਦੀ ਗੱਲ ਆਖੀ, ਗੁਰਮਤ ਨੇ ਸਹਿਜ ਸਮਾਧੀ ਦੀ ਗੱਲ ਆਖੀ। ਜਦੋਂ ਅਸੀਂ ਸਿੱਧ ਗੋਸ਼ਟ ਦੀ ਬਾਣੀ ਔਰ ਰਾਗ ਰਾਮ ਕਲੀ ਦੇ ਉਹ ਸ਼ਬਦ ਜਿਨ੍ਹਾਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੋਗ ਮਤ ਦੀ ਸ਼ਬਦ ਸ਼ਬਦਾਵਲੀ ਵਰਤ ਕੇ ਗੱਲ ਕਰਦੇ, ਬੜਾ ਅੰਤਰ ਹੈ। ਤੋ ਗਰੀਬ ਨਵਾਜ ਮਹਾਰਾਜ ਕਹਿੰਦੇ ਨੇ, ਮਾਰਾ ਇੱਕ ਲੋਚਦਾ ਹੈ ਗਿਆਨ ਖੜਕ ਲੈ ਮਨ ਸਿਉ ਲੂਝੈ। ਕਹਿੰਦੇ ਨੇ ਗਿਆਨ ਦੀ ਤਲਵਾਰ ਨਾਲ ਮਨ ਨਾਲ ਲੜਦਾ, ਮਨ ਨੂੰ ਸਮਝਾਉਂਦਾ, ਮਨ ਸਮਝਾਵਨ ਕਾਰਨੇ ਕਸ਼ੂਕ ਪੜੀਐ ਗਿਆਨ, ਗੁਰੂ ਦੀ ਮਤ ਧਾਰਨ ਕਰਦਾ। ਫਿਰ ਕਹਿੰਦੇ ਨੇ ਉਸ ਮਨ ਨੂੰ ਜਦੋਂ ਕਾਬੂ ਕਰ ਲੈਂਦਾ ਤਜ ਜਾ ਹੈ ਘਣੇ ਤੇ ਘਣੇ। ਬਹੁਤ ਸਾਰੇ ਜਿਹੜੇ ਔਗਣ ਹੁੰਦੇ ਨੇ ਜੀਵਨ ਚ ਜਿਹੜੇ ਮਨ ਕਰਕੇ ਨੇ, ਮਨ ਦੇ ਭੈੜੇ ਵਿਚਾਰ ਕਰਕੇ, ਮਨ ਦੇ ਭੈੜੇ ਸੁਭਾਅ ਕਰਕੇ ਨੇ, ਉਹ ਸਾਰੇ ਔਗਣ ਤੇ ਵਿਕਾਰ ਫਿਰ ਇਹਦਾ ਖਹਿੜਾ ਛੱਡ ਜਾਂਦੇ ਨੇ। ਯਾਨੀ ਕਿ ਆਪਣੇ ਜੀਵਨ ਦਾ ਉਹ ਸੂਰਮਾ ਤੇ ਜੇਤੂ ਹੈ। ਅਸੀਂ ਰੋਜ਼ ਪੜ੍ਹਦੇ ਹਾਂ, ਮਨ ਜੀਤੈ ਜਗ ਜੀਤ। ਗਰੀਬ ਨਵਾਜ ਮਹਾਰਾਜ ਕਹਿੰਦੇ ਨੇ, ਤੱਤਾ ਅਤਾਰ, ਅਤਾਰ ਦਾ ਅਰਥ ਹੁੰਦਾ ਹੈ ਜਿਹੜਾ ਤਰਿਆ ਨਾ ਜਾ ਸਕੇ, ਜਿਸ ਨੂੰ ਪਾਰ ਕਰਨਾ ਔਖਾ ਹੈ ਸੰਸਾਰ ਨੂੰ। ਕਿਉਂਕਿ ਬਾਣੀ ਨੇ ਸਾਗਰ ਤੇ ਸਮੁੰਦਰ ਨਾਲ ਤਸ਼ਬੀਹ ਤੇ ਤੁਲਨਾ ਦਿੱਤੀ ਹੈ। ਭਗਤ ਨਾਮਦੇਵ ਸਾਹਿਬ ਦਾ ਆਪਾਂ ਬਚਨ ਪੜ੍ਹਦੇ ਹਾਂ, ਲੋਭ ਲਹਿਰ ਨੀਜਰ ਬਾਜੈ ਕਾਇਆ ਡੂਬੈ ਕੇਸ਼ਵਾ ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਾ। ਪਰ ਇਹ ਵੀ ਕਿਹਾ, ਮੈਂ ਅਜਾਨ ਜਨ ਤਰਬੇ ਨਾ ਜਾਨ। ਗੁਰੂ ਨਾਨਕ ਮਹਾਰਾਜ ਬਖਸ਼ਿਸ਼ ਕਰਦੇ ਨੇ, ਝੜ ਝੱਖੜ ਉਹਾੜ ਲਹਿਰੀ ਵਹਿਨ ਲਖੇਸਰੀ ਸਤਿਗੁਰ ਸਿਉ ਲਾਏ ਬੇੜੇ ਡੁੱਬਣ ਨਾ ਹੈ ਪਉ। ਹਜ਼ੂਰ ਬਾਣੀ ਵਿੱਚ ਕਹਿੰਦੇ ਹਨ, ਹਮ ਡੋਲਤ ਬੇੜੀ ਪਾਪ ਭਰੀ ਹੈ ਪਵਣ ਲੱਗੈ ਮਤ ਜਾਈ ਸਨਮੁਖ ਸਿੱਧ ਭੇਟਣ ਕੋ ਆਏ ਨਿਚੋ ਦੇ ਵਡਿਆਈ ਗੁਰ ਤਾਰ ਤਾਰਨ ਹਾਰਿਆ ਦੇ ਭਗਤ ਪੂਰਨ ਅਵਿਨਾਸ਼ੀ ਹੋ ਤੁਝ ਕੋ ਬਲਿਹਾਰਿਆ।
ਸਤਿਗੁਰੂ ਮਹਾਰਾਜ ਕਹਿੰਦੇ ਸੰਸਾਰ ਭਵ ਜਲ ਨੂੰ ਤਰਨਾ ਮੇਰੇ ਲਈ ਬੜਾ ਔਖਾ, ਮੇਰੇ 'ਚ ਇੰਨੀ ਤਾਕਤ ਸਮਰੱਥਾ ਨਹੀਂ, ਮੈਂ ਲੋਭ ਦੇ ਸਾਹਮਣੇ ਟਿਕ ਸਕਾਂ, ਹਉਮੈ ਸਾਹਮਣੇ ਖਲੋਤਾ ਰਹਿ ਸਕਾਂ, ਮੈਂ ਇਹਨਾਂ ਵਿਕਾਰਾਂ ਅਤੇ ਗਲਤ ਜਜ਼ਬਾਤਾਂ 'ਤੇ ਕਾਬੂ ਪਾ ਸਕਾਂ। ਕੋਈ ਤਾਂ ਸੱਤਾ ਚਾਹੀਦੀ ਹੈ ਇਨਸਾਨੀ ਜੀਵਨ ਵਿੱਚ, ਕੋਈ ਤਾਂ ਆਸਰਾ ਚਾਹੀਦਾ ਜਿਨ੍ਹਾਂ ਦੇ ਬਲ ਬੋਤੇ ਉੱਤੇ ਮੈਂ ਇਹਨਾਂ ਸਾਰੀਆਂ ਉੱਚੀਆਂ ਉੱਠਦੀਆਂ ਹੋਈਆਂ ਲਹਿਰਾਂ ਅਤੇ ਕਾਂਗਾਂ ਤੋਂ ਪਾਰ ਹੋ ਜਾਵਾਂ, ਇਹਨਾਂ ਝੱਖੜਾਂ ਤੋਂ ਦੂਰ ਚੱਲਿਆ ਜਾਵਾਂ, ਇਹਨਾਂ ਘੁੰਮਣ ਘੇਰੀਆਂ 'ਚੋਂ ਬਚ ਜਾਵਾਂ ਔਰ ਆਪਣੇ ਜੀਵਨ ਦੀ ਬੇੜੀ ਨੂੰ ਕਿਨਾਰੇ 'ਤੇ ਲਾ ਸਕਾਂ। ਸਤਿਗੁਰੂ ਕਹਿੰਦੇ ਨੇ ਤਰਿਓ ਨਹਿ ਜਾਈ, ਮਨੁੱਖ ਕੋਲੋਂ ਤਰਿਆ ਨਹੀਂ ਜਾ ਸਕਦਾ ਆਪਣੀ ਨਿੱਜ ਮਤ ਨਾਲ, ਆਪਣੀ ਚਤੁਰਾਈ ਆਪਣੀ ਚਲਾਕੀ ਨਾਲ ਤੋਂ ਕੀ ਕਿਵੇਂ ਤਰਿਆ ਜਾ ਸਕਦਾ। ਕਹਿੰਦੇ ਤਨ ਤੇ ਭਵਨ ਮਹਿ ਰਹਿਓ ਸਮਾਈ, ਉਹ ਤਿੰਨਾਂ ਭਵਨਾਂ ਦਾ ਮਾਲਕ ਇਸ ਸਰੀਰ ਵਿੱਚ ਹੀ ਸਮਾਇਆ ਹੋਇਆ, ਜਦੋਂ ਉਹਦੇ ਨਾਲ ਸਾਂਝ ਬਣ ਗਈ ਤਾਂ ਸੰਸਾਰ ਭਵ ਜਲ ਨੂੰ ਤਰਨਾ ਸੁਖੱਲਾ ਹੋ ਜਾਂਦਾ ਹੈ। ਜੋ ਤੇ ਭਵਨ ਤਨ ਮਾਹੇ ਸਮਾਵਾ, ਇਹਦਾ ਦੂਸਰਾ ਅਰਥ ਕਰਦਿਆਂ ਵਿਦਵਾਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਤਿੰਨਾਂ ਭਵਨਾਂ ਦੇ ਵਿੱਚ ਜਿਹੜੀ ਮਾਇਆ ਵਿਆਪਕ ਹੈ ਸੰਸਾਰ ਅੰਦਰ, ਤਨ ਉਹਦੇ ਵਿੱਚ ਡੁੱਬਿਆ ਪਿਆ, ਅਤੇ ਇਹਦਾ ਭਾਵ ਇਹ ਵੀ ਹੈ ਵੀ ਸਾਡੇ ਅੰਦਰ ਜੋ ਤਿੰਨਾਂ ਭਵਨਾਂ ਦਾ ਮਾਲਕ ਉਹਦੀ ਜੋਤ ਪ੍ਰਕਾਸ਼ਮਾਨ ਹੈ। ਤਾਂ ਜੇ ਅਸੀਂ ਇਸ ਨੂੰ ਸੌਖੇ ਢੰਗ ਨਾਲ ਸਮਝੀਏ ਤਾਂ ਭਾਵ ਇਹ ਬਣੇਗਾ ਵੀ ਇਹ ਸੰਸਾਰ ਸਾਗਰ ਬੜਾ ਔਖਾ ਹੈ, ਤਰਨਾ ਕਠਿਨ ਹੈ, ਔਰ ਜਿਹੜੀ ਤਿੰਨਾਂ ਭਵਨਾਂ ਨੂੰ ਜਾਗ ਇਸ਼ਨਾਨ ਤਾਪ ਥਾਨ ਖੰਡੇ ਕਿਆ ਹੈ ਜੰਤ ਵਿਚਾਰਾ, ਐਸੀ ਮਾਇਆ ਜੋ ਸਾਰੇ ਪਾਸੇ ਵਿਆਪਕ ਹੈ ਉਹਦੇ ਵਿੱਚ ਨੱਕਾ ਨੱਕ ਜੀਵ ਡੁੱਬਿਆ ਪਿਆ ਹੈ। ਔਰ ਕਹਿੰਦੇ ਨੇ ਜੋ ਤੇ ਭਵਨ ਤਨ ਮਾਹੇ ਸਮਾਵਾ, ਪਰ ਇਹਨਾਂ ਤਿੰਨਾਂ ਭਵਨਾਂ ਦਾ ਮਾਇਆ ਦਾ ਹੀ ਰਚੇਤਾ ਮਾਲਕ ਅਕਾਲ ਪੁਰਖ ਜਿਹੜਾ ਤਨ ਵਿੱਚ ਸਮਾਇਆ ਹੋਇਆ ਜੀਵਨ ਵਿੱਚ ਵੱਸਦਾ ਹੈ, ਜੇ ਉਹਦੇ ਨਾਲ ਸਾਂਝ ਬਣ ਜਾਏ ਤਾਂ ਉਹ ਤੱਤਹਿ ਤੱਤ ਮਿਲਿਆ। ਤੱਤ ਦਾ ਅਰਥ ਹੁੰਦਾ ਨਿਚੋੜ, ਜੋ ਜਗਤ ਦਾ ਮੂਲ ਹੈ, ਜੋ ਸੰਸਾਰ ਦਾ ਮੁੱਢ ਹੈ, ਜਦੋਂ ਉਹਦੇ ਨਾਲ ਸਾਂਝ ਬਣ ਜਾਏ, ਉਹਦੇ ਨਾਲ ਇੱਕ ਸੁਰਤਾ ਹੋ ਜਾਏ। ਅਸੀਂ ਆਨੰਦ ਸਾਹਿਬ ਦੀ ਬਾਣੀ 'ਚੋਂ ਬਚਨ ਪੜ੍ਹਦੇ ਹਾਂ, ਸ਼ਿਵ ਸ਼ਕਤ ਆਪ ਉਪਾਇਕ ਹੈ, ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਓਂ ਲਿਵ ਲਾਏ, ਕਹੇ ਨਾਨਕ ਆਪ ਕਰਤਾ। ਇਹ ਸੰਸਾਰ ਵੀ ਉਹਦੀ ਰਚਨਾ ਹੈ ਅਤੇ ਇਹਦਾ ਉਹ ਕਰਤਾ ਹੈ। ਫਰਕ ਕੇਵਲ ਇੰਨਾ, ਜਦੋਂ ਅਸੀਂ ਕਰਤੇ ਨਾਲੋਂ ਟੁੱਟ ਗਏ, ਗੁਰਮਤ ਨੇ ਸਾਨੂੰ ਜਿਹੜੀ ਜੁਗਤ ਸਮਝਾਈ ਵੀ ਕਰਤੇ ਨਾਲੋਂ ਜਦੋਂ ਉਹਦੇ ਗੁਣਾਂ ਨਾਲੋਂ ਉਹਦੇ ਨਾਮ ਉਹਦੀ ਇਬਾਦਤ ਨਾਲੋਂ ਸਾਡੀ ਸਾਂਝ ਟੁੱਟਦੀ ਹੈ ਤਾਂ ਅਸੀਂ ਇਸ ਕੁਦਰਤ ਦੀਆਂ ਭਾਂਤ ਸੁਭਾਂਤੀਆਂ ਚੀਜ਼ਾਂ ਦੇ ਚਸਕਿਆਂ ਵਿੱਚ ਉਲਝ ਜਾਂਦੇ। ਸਾਡੇ ਅੰਦਰ ਇੱਕ ਹਵਸ, ਇੱਕ ਹੰਕਾਰ, ਇੱਕ ਲੋਭ, ਜਿਸ ਦੀ ਪੂਰਤੀ ਲਈ ਅਸੀਂ ਸਾਰੀ ਜ਼ਿੰਦਗੀ ਲੰਬੀ ਦੌੜ ਦੌੜਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਆਖਰ ਜੀਵਨ ਥੱਕ ਜਾਂਦਾ ਕਿਉਂਕਿ ਲਿਮਿਟਡ ਸਮਾਂ ਹੈ ਜ਼ਿੰਦਗੀ ਦਾ, ਸੀਮਤ ਜਿਹਾ ਸਮਾਂ ਹੈ, ਜਿਸਨੂੰ ਮਹਾਰਾਜ ਨੇ ਕਿਹਾ ਖਾਂਦਿਆਂ ਖਾਂਦਿਆਂ ਮੋਹ ਇਕੱਠਾ ਪੈ ਨੰਦਿਆਂ ਸਭ ਆਮ। ਤਨ ਦੀ ਕਪੈਸਿਟੀ ਮੁੱਕ ਗਈ, ਸਰੀਰ ਦੀ ਤਾਕਤ ਜਵਾਬ ਦੇ ਗਈ, ਪਰ ਕੁਦਰਤ ਦੇ ਰੰਗ ਉਸੇ ਤਰ੍ਹਾਂ ਹੀ ਮੌਜੂਦ ਨੇ। ਅਹਿਮਦ ਸ਼ਾਹ ਅਬਦਾਲੀ ਬਾਰੇ ਪੜ੍ਹਨ ਦਾ ਮੌਕਾ ਬਣਿਆ ਔਰ ਉਹਦੇ ਜੀਵਨ ਵਿੱਚ ਲਿਖਿਆ, ਆਪਣੇ ਆਖਰੀ ਸਮੇਂ ਨਾਲ ਉਸਨੇ ਆਪਣੇ ਅਹਿਲਕਾਰਾਂ ਨੂੰ ਅਤੇ ਵਜ਼ੀਰਾਂ ਨੂੰ ਆਖਿਆ ਵੀ ਸਾਰਾ ਕੁਝ ਮੇਰੇ ਸਾਹਮਣੇ ਨੁਮਾਇਸ਼ ਲਾਓ। ਨੁਮਾਇਸ਼ ਕਾਹਦੀ ਲੱਗੀ, ਬਹੁਤੀਆਂ ਦੂਰ ਵਾਲੀਆਂ ਫੌਜਾਂ ਤੇ ਸਦੀਆਂ ਨਹੀਂ ਸਨ ਜਾ ਸਕਦੀਆਂ, ਨੇੜੇ ਵਾਲੀਆਂ ਵੱਖ ਵੱਖ ਪਲਟਣਾਂ ਜਿਹੜੀਆਂ ਸਨ ਉਹ ਤਿਆਰ ਬਰ ਤਿਆਰ ਖਿਲਾ, ਦੇਖੋ ਜੀ
ਤੁਸੀਂ ਆਪਣੀ ਜ਼ਿੰਦਗੀ ਵਿੱਚ ਇੰਨੇ ਕਿਸਮ ਦੀ ਫੌਜ ਬਣਾਈ ਹੈ, ਗਿਣਤੀ ਦੱਸੀ ਅੰਕੜੇ, ਇੰਨੇ ਹਜ਼ਾਰ ਸਿਪਾਹੀ ਤੁਹਾਡਾ ਮੌਜੂਦ ਹੈ ਔਰ ਇੰਨੇ ਵੱਡੇ ਵੱਡੇ ਕਮਾਂਡਰ ਤੁਹਾਡੇ ਹੁਕਮ ਨੂੰ ਮੰਨਣ ਦੇ ਪਾਬੰਦ ਨੇ, ਨਕਸ਼ੇ ਵਿਛਾ ਦਿੱਤੇ ਗਏ, ਇੰਨੇ ਕਿਲੇ ਨੇ ਜਿਹੜੇ ਤੁਸੀਂ ਬਣਾਏ ਨੇ, ਇੰਨੇ ਕਿਲੇ ਤੁਸੀਂ ਫਤਿਹ ਕੀਤੇ ਨੇ, ਇੰਨੇ ਇਲਾਕੇ ਦੇ ਵਿੱਚ ਤੁਹਾਡਾ ਰਾਜ ਤੇ ਹੁਕਮ ਚੱਲਦਾ ਹੈ ਔਰ ਇੰਨੀ ਆਬਾਦੀ ਤੁਹਾਡੇ ਹੁਕਮ ਨੂੰ ਮੰਨਣ ਦੀ ਪਾਬੰਦ ਹੈ, ਇੰਨਾ ਤੁਹਾਡਾ ਖਰਚਾ ਤੇ ਇੰਨੀ ਆਮਦਨੀ ਆਉਂਦੀ ਹੈ ਔਰ ਜਿੰਨੀ ਦੌਲਤ ਸੀ ਖਜ਼ਾਨੇ ਦੀ ਸਾਰੀ ਨੁਮਾਇਸ਼ ਲਾਈ ਗਈ, ਇਹਨੇ ਹੀਰੇ ਜਵਾਹਰਾਤ ਧਨ ਦੌਲਤ ਸਭ ਕੁਝ ਜੋ ਕੁਝ ਵੀ ਉਹਨਾਂ ਦੇ ਕੋਲ ਧਾਤਾਂ ਸਨ, ਪੈਸਾ ਸੋਨਾ ਚਾਂਦੀ ਸਭ ਦੀ ਨੁਮਾਇਸ਼ ਲਾਈ ਗਈ ਔਰ ਉਹ ਵੇਖ ਕੇ ਚੋਰਾ ਕਰ ਰਿਹਾ, ਬਿਮਾਰ ਸੀ, ਉਹਨੂੰ ਲੱਗਿਆ ਵੀ ਹੁਣ ਬਚਣ ਦੀ ਉਮੀਦ ਨਹੀਂ, ਪਰ ਮੈਂ ਵੇਖਾਂ ਤੇ ਸਹੀ ਮੈਂ ਕਮਾਇਆ ਕੀ ਹੈ, ਕਿੰਨਾ ਕੁਝ ਖੱਟਿਆ ਹੈ। ਇਸ ਗੱਲ ਉੱਤੇ ਮਾਣ ਕਰ ਰਿਹਾ ਵੀ ਸ਼ਾਇਦ ਮੇਰੀ ਅੰਦਰ ਦੀ ਤਾਕਤ ਵੱਧ ਜਾਏ ਵੀ ਮੈਂ ਤਾਂ ਇੰਨਾ ਕੁਝ ਪਾਇਆ, ਮੈਨੂੰ ਕੌਣ ਮਾਰ ਸਕਦਾ ਜਾਂ ਮੇਰੇ 'ਚ ਕੀ ਕਮਜ਼ੋਰੀ ਹੋ ਸਕਦੀ। ਪਰ ਇਹ ਬੰਦਾ ਭੁੱਲ ਜਾਂਦਾ, ਇਹ ਭੁੱਲ ਜਾਂਦਾ ਵੀ ਅਬਦਾਲੀ ਜਾਂਦਾ ਤੇ ਮਗਰ ਨਾਦਰ ਆ ਜਾਂਦਾ। ਖਸਮ ਮਰਿਆ ਤਾਂ ਨਾਰ ਨਾ ਰੋਵੈ ਉਸ ਰਖਵਾਰਾ ਉਹ ਰੋਵੈ, ਰਖਵਾਰੇ ਕਾ ਹੋਏ ਵਿਨਾਸ਼ ਆਗੈ ਨਰਕ, ਇਹਾਂ ਭੋਗ ਬਿਲਾਸ, ਦੌਲਤ ਉੱਥੇ ਹੀ ਪਈ ਰਹਿ ਜਾਂਦੀ ਹੈ, ਉਹਨੂੰ ਕੋਈ ਰੋਣਾ ਨਹੀਂ, ਕੋਈ ਸੋਗ ਨਹੀਂ। ਕਿਉਂ ਸੋਗ ਹੋਵੇ, ਉਹਨੂੰ ਸਾਂਭਣ ਵਾਲੇ ਬਹੁਤ ਨੇ, ਉਹਨੂੰ ਕਿਉਂ ਗਮ ਹੋਵੇ, ਉਹਦੇ ਮਾਲਕ ਬਣਨ ਵਾਲੇ ਤਾਂ ਲਾਈਨਾਂ ਬਣਾ ਕੇ ਖੜੇ ਨੇ ਵੀ ਸਾਨੂੰ ਮੌਕਾ ਮਿਲ ਜਾਏ ਤਾਂ ਅਸੀਂ ਸਾਂਭਾਂਗੇ, ਉਹਨੂੰ ਕੋਈ ਗਮ ਨਹੀਂ, ਉਹਦੇ ਤਾਂ ਮਾਲਕ ਬਹੁਤ ਨੇ ਸੰਸਾਰ ਦੇ ਅੰਦਰ। ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਵੇਂ ਮਨੁੱਖ ਹਵਸ ਤੇ ਲੋਭ ਵਿੱਚ ਹੀ ਆਪਣੀ ਜ਼ਿੰਦਗੀ ਤਬਾਹ ਕਰ ਜਾਂਦਾ ਹੈ ਔਰ ਜੀਵਨ ਨੂੰ ਜਿਉਣਾ ਹੀ ਭੁੱਲ ਜਾਂਦਾ ਹੈ, ਜ਼ਿੰਦਗੀ ਨੂੰ ਬਤੀਤ ਕਰਨਾ ਹੀ ਭੁੱਲ ਜਾਂਦਾ ਹੈ, ਜੀਵਨ ਨੂੰ ਹੰਢਾਉਣਾ ਹੀ ਭੁੱਲ ਜਾਂਦਾ ਹੈ, ਜੀਵਨ ਦੇ ਸੁੱਖ ਚੈਨ ਆਰਾਮ ਸਾਰੇ ਤਬਾਹ ਕਰਕੇ ਜਦੋਂ ਸਾਰਾ ਕੁਝ ਪਾ ਲੈਂਦਾ ਉਹਨੇ ਚਿਰ ਨੂੰ ਸੱਦੇ ਆ ਜਾਂਦੇ ਨੇ ਵੀ ਚਲੋ ਸਮਾਂ ਸਮਾਪਤ ਹੈ। ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਨੇ ਤਉ ਤੱਤੈ ਤੱਤ ਮਿਲਿਆ, ਜਦੋਂ ਅੰਦਰ ਦਾ ਅੰਤਰ ਆਤਮਾ ਪਰਮਾਤਮਾ ਨਾਲ ਅਕਾਲ ਪੁਰਖ ਨਾਲ ਪਰਮੇਸ਼ਵਰ ਨਾਲ ਇੱਕ ਸੁਰ ਹੋ ਜਾਂਦਾ ਹੈ ਸੱਚ ਪਾਵਾ, ਤਾਂ ਜੀਵ ਉਸ ਸੱਚ ਪਰਮਾਤਮਾ ਨੂੰ ਇੱਕ ਸੁਰ ਹੋ ਕੇ ਪ੍ਰਾਪਤ ਕਰ ਲੈਂਦਾ, ਉਹ ਪਰਮ ਸੱਚ ਦੀ ਪ੍ਰਾਪਤੀ ਹੋ ਜਾਂਦੀ ਹੈ। ਸਤਿਗੁਰੂ ਰਹਿਮਤ ਕਰਨ, ਸਤਿਗੁਰਾਂ ਦਾ ਇਹ ਉਪਦੇਸ਼ ਸਾਡੇ ਜੀਵਨ ਦਾ ਹਿੱਸਾ ਬਣੇ, ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਬਖਸ਼ਿਸ਼ ਕਰਨ, ਸਭਨਾਂ ਦਾ ਧੰਨਵਾਦ। ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।